ਸਵਾਗਤ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੁਹਾਡੇ ਨਾਲ ਤੇ ਪ੍ਰੋਗਰਾਮ ਹੈ ਜੀ ਪ੍ਰਾਈਮ ਫੋਕਸ ਜਿਹੜਾ ਕਿ ਹਰ ਰੋਜ਼ ਆਪ ਜੀ ਦੇਖਦੇ ਹੋ ਹਫਤੇ ਦੇ ਸੱਤੇ ਦਿਨ ਚੱਲਣ ਵਾਲਾ ਇਹ ਪ੍ਰੋਗਰਾਮ ਆ ਇਹਦੇ ਵਿੱਚ ਮੈਂ ਤੇ ਮੇਰੇ ਨਾਲ ਮੇਰੇ ਵੀਰ ਪਰਵੀਰ ਸਿੰਘ ਬਾਠੂਰੀ ਹੁੰਨੇ ਆ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜੀਆਂ ਖਬਰਾਂ ਤੁਹਾਡੇ ਆਸ-ਪਾਸ ਇੰਨੀਆਂ ਕਿ ਜ਼ਿਆਦਾ ਤਤੀਆਂ ਨੇ ਵੀ ਜਿੰਨਾ ਬਾਰੇ ਤੁਸੀਂ ਜਾਨਣਾ ਚਾਹੁੰਦੇ ਹੋ ਉਹ ਤੁਹਾਡੇ ਤੱਕ ਜ਼ਰੂਰ ਪਹੁੰਚਾ ਦਈਏ ਅੱਜ ਵੀ ਕਾਫੀ ਕੁਝ ਜਿਹੜਾ ਹੈ ਉਹ ਆਪ ਜੀ ਦੀ ਕਚੈਰੀ ਚ ਰੱਖਣ ਵਾਲਾ ਇੱਕ ਤੇ ਅੱਜ ਦਾ ਦਿਨ ਜਿਹੜਾ ਉਹੀ ਬੜਾ ਖਾਸ ਆ ਉਹ ਦਿਨ ਕਿਉਂ ਖਾਸ ਆ ਉਹਦੇ ਤੇ ਵੀ ਗੱਲ ਕਰਨੀ ਆ ਬਾਕੀ ਹੋਰ ਕਿਦਾਂ ਦੇ ਕਿਹੋ ਜਿਹੇ ਪਵਾੜੇ ਨੇ ਉਧਰ ਮੁੜਦੇ ਆ ਸਭ ਤੋਂ ਪਹਿਲਾਂ ਬੰਦਾ 나ੜ ਜੋੜ ਲਈਏ ਕੀ ਹਾਲ ਨੇ ਵਟਸਾਪ ਚੜਦੀ ਕਲਾ ਸੰਧਾਲੀਆ ਸਾਹਿਬ ਸਸਿਕਾਲ ਜੀ ਕੀ ਹਾਲ ਚਾਲ ਨੇ ਸਸਤਰੀਕਾਲ ਮਹਾਰਾਜ ਹਾਲ ਚਾਲ ਠੀਕ ਠਾਕ ਨੇ ਤੁਸੀਂ ਸੁਣਾਓ ਜ਼ਿੰਦਗੀ ਚ ਕੁਛਾਂ ਦੇ ਕਰ ਰਹੇ ਪਾਸੇ ਜਾ ਜਾ ਕੇ ਅੱਜ ਕੱਲ ਦੇਖੋ ਪਾਸੇ ਜ ਕਰਨਾ ਹੀ ਪੈਣਾ ਜਦ ਭਰਾ ਗੈਰ ਹਾਜ਼ਰ ਹੋ ਜਾਂਦਾ ਤਾਂ ਕਰੀਏ ਕੀ ਦੱਸੋ ਜਿੱਥੇ ਦੋ ਬਲਦ ਜੁੜਨੇ ਹੁਣ ਇੱਕ ਬਲਦ ਨੇ ਫਿਰ ਖੇਤ ਪਾਉਣਾ ਹੋਵੇ ਤਾਂ ਫਿਰ ਕਹਿੰਦੇ ਹੁੰਦੇ ਆ ਕਿ ਪਿੱਠ ਦੂਰੀ ਹੋ ਗਈ ਬਈ ਇਦਾਂ ਨਹੀਂ ਸੰਧਾਲਿਆ ਸਰ ਚੰਗੇ ਨਹੀਂ ਲੱਗੀਦਾ ਇਦਾਂ ਹੁਣ ਆਤ ਤਾਂ ਛੱਡੀ ਆ ਆਪਾਂ ਨਹੀਂ ਨਹੀਂ ਮੈਂ ਮੈਂ ਬੜੀ ਕੋਸ਼ਿਸ਼ ਕਰਦਾ ਮੈਂ ਸਿਆਣਾ ਬਣਾ ਪਰ ਕਈ ਜਰਾਂ ਨਾਲ ਹਾਲਾਤ ਨਹੀਂ ਬਣ ਲੰਦੇ ਤੇ ਹੁਣ ਮੇਰੀ ਕੋਸ਼ਿਸ਼ ਆ ਵੀ ਹੁਣ ਮੈਂ ਬਣ ਜਾਊਗਾ ਫਾਈਨਲੀ ਤੇ ਚਲੋ ਉਹ ਸਟੋਰੀਆਂ ਪਿਛਲੀਆਂ ਕੀ ਹੋਇਆ ਕੀ ਨਹੀਂ ਹੋਇਆ ਆਪਾਂ ਉਹਦੇ 'ਚ ਬਿਲਕੁਲ ਨਹੀਂ ਪੈਣਾ ਪਰ ਇੰਨਾ ਜ਼ਰੂਰ ਆ ਵੀ ਬੰਦਾ ਨੇ ਕਿਹਾ ਹੁੰਦਾ ਵੀ ਮਹਾਰਾਜ ਕਰੇ ਵੀ ਕਦੀ ਕਿਸੇ ਨਾਲ ਨਾ ਇਦਾਂ ਹੋਵੇ ਹਾਂਜੀ ਬਿਲਕੁਲ ਜੀ ਖਵਾਰੀ ਘਟ ਹੋਵੇ ਹਰ ਇੱਕ ਬੰਦੇ ਦੀ ਚਲੋ ਸੰਧਾਲੀਆ ਸਾਹਿਬ ਅਗਲੇ ਪਾਸੇ ਨੂੰ ਤੁਰਿਆ ਤਾਂ ਕਿਸਾਨ ਅੰਦੋਲਨ ਜਿਹੜਾ ਉਮੀਦ ਹੈ ਕਿ ਅੱਜ ਨਿਬੜ ਜਾਊ ਉਮੀਦ ਹੈ ਕਿ ਅੱਜ ਗੱਲ ਕਿਸੇ ਤਣਪੱਤਣ ਲੱਗ ਜਾਊ ਕਿਉਂਕਿ ਅੱਜ ਸ਼ਾਮ 6 ਵਜੇ ਤਰਕਾਣਾ ਨੂੰ ਜਦੋਂ ਕੁਸਮਸਾ ਜਾ ਹੋ ਜਾਣਾ ਜਦੋਂ ਹਨੇਰਾ ਪੈਣ ਲੱਗ ਜਾਣਾ ਜਦੋਂ ਸੂਰਜ ਡੁੱਬ ਜਾਣਾ ਉਦੋਂ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਹੋਏਗੀ ਕੇਂਦਰ ਸਰਕਾਰ ਦੇ ਮਨਿਸਟਰ ਆਉਣਗੇ ਉਮੀਦ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਹੋਣਗੇ ਤੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਜਥੇਬੰਦੀਆਂ ਨੇ ਅੰਦੋਲਨ ਦਾ ਸੱਦਾ ਦਿੱਤਾ ਹੋਇਆ ਤੇ ਕਿਸਾਨ ਪਿਛਲੇ 6 ਦਿਨ ਤੋਂ ਸੜਕਾਂ ਦੇ ਉੱਤੇ ਬੈਠੇ ਆ ਹਰਿਆਣੇ ਦੇ ਬਾਰਡਰ ਤੇ ਤੇ ਪਿਛਲੀ ਮੀਟਿੰਗ ਦੇ ਵਿੱਚ ਜਿਸ ਤਰੀਕੇ ਐਮਐਸਪੀ ਤੇ ਚਰਚਾ ਹੋਈ ਪਰਚੇ ਵਾਪਸ ਲੈਣ ਤੇ ਚਰਚਾ ਹੋਈ ਤੇ ਅੱਜ ਤਿੰਨ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਇੱਕ ਚਰਚਾ ਤਾਂ ਇਹ ਚੱਲਦੀ ਹੈ ਕਿ ਕੇਂਦਰ ਦੀ ਸਰਕਾਰ ਕੋਈ ਮਤਾ ਲੈ ਕੇ ਆਉਗੀ ਕੋਈ ਪ੍ਰਸਤਾਵ ਲੈ ਕੇ ਆਉਗੀ ਕੋਈ ਆਫਰ ਲੈ ਕੇ ਆਉਗੀ ਕਿਸਾਨਾਂ ਦੇ ਲਈ ਕਿ ਜਿਹੜੀਆਂ ਇੱਕ ਲੰਬੀ ਚੌੜੀ ਲਿਸਟ ਹੈ ਤੁਹਾਡੀ ਜਿਹੜੀਆਂ ਮੰਗਾਂ ਦੇ ਆਧਾਰ ਦੇ ਉੱਤੇ ਅੰਦੋਲਨ ਸ਼ੁਰੂ ਕੀਤਾ ਸੀ ਕਿ ਉਹਦੇ ਵਿੱਚੋਂ ਅਸੀਂ ਆ ਮੰਗਾਂ ਪ੍ਰਵਾਨ ਕਰ ਲੈਨੇ ਆ ਆ ਮੰਗਾਂ ਜਿਹੜੀਆਂ ਉਹਦੇ ਲਈ ਕਮੇਟੀ ਬਣਾ ਦਿੰਨੇ ਆ ਤੇ ਆ ਮੰਗਾਂ ਇਹ ਤਕਨੀਕੀ ਕਾਰਨਾ ਕਰਕੇ ਕਾਨੂੰਨੀ ਕਾਰਨਾ ਕਰਕੇ ਸਾਡੇ ਵੱਸੋਂ ਬਾਹਰ ਨੇ ਯਾਨੀ ਕੁਝ ਇੱਕ ਮੰਗਾਂ ਉਹ ਪ੍ਰਵਾਨ ਕਰ ਸਕਦੇ ਆ ਇਹਦੇ ਵਿੱਚ ਕੋਈ ਦੂਰਾ ਨਹੀਂ ਪਰ ਕੁਝ ਇੱਕ ਮੰਗਾਂ ਐਸੀਆਂ ਨੇ ਜਿਨ੍ਹਾਂ ਨੂੰ ਪ੍ਰਵਾਨ ਕਰਨ ਲੱਗਿਆਂ ਕੇਂਦਰ ਸਰਕਾਰ ਨੂੰ ਐ ਲੱਗਦਾ ਕਿ ਸਾਡੇ ਤੇ ਵਿੱਤੀ ਬੋਝ ਬਹੁਤ ਪਊਗਾ ਇੱਕ ਤਾਂ ਇਹ ਹੋ ਸਕਦਾ ਜੇ ਕੇਂਦਰ ਦੀ ਸਰਕਾਰ ਇਦਾਂ ਦਾ ਕੋਈ ਮਤਾ ਪ੍ਰਸਤਾਵ ਆਫਰ ਲੈ ਕੇ ਆਉਂਦੀ ਹੈ ਤੇ ਸਾਡੀਆਂ ਕਿਸਾਨਾਂ ਚੋਥੇ ਬੰਦੀਆਂ ਦੇ ਆਗੂ ਜਿਹੜੇ ਨੇ ਉਹਨਾਂ ਦੀ ਪ੍ਰਤੀਕਿਰਿਆ ਕੀ ਹੋਏਗੀ ਕੀ ਉਹ ਸਾਰੀਆਂ ਮੰਗਾਂ ਮਨਵਾਉਣ ਦੇ ਉੱਤੇ ਪਹਿਲਾਂ ਵਾਂਗ ਖੜੇ ਰਹਿਣਗੇ ਜਾਂ ਉਹ ਵੀ ਕਹਿਣਗੇ ਕਿ ਚਲੋ ਭਾਈ ਕੁਝ ਨਾ ਕੁਝ ਮਿਲਦਾ ਤੇ ਲੈ ਕੇ ਘਰਾਂ ਨੂੰ ਚਲੀਏ ਦੂਸਰਾ ਇਹ ਵੀ ਪਤਾ ਲੱਗਾ ਕਿ ਕਿਉਂਕਿ ਨਾ ਮੀਟਿੰਗਾਂ ਦੇ ਵਿੱਚ ਪੰਜਾਬ ਸਰਕਾਰ ਦੀ ਭੂਮਿਕਾ ਹੈਗੀ ਹੈ ਨਹੀਂ ਤਾਂ ਪਹਿਲਾਂ ਵੀ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਨਾ ਕਿ ਕੇਂਦਰ ਸਰਕਾਰ ਦੇ ਮੰਤਰੀ ਜਦੋਂ ਪਿਛਲੀ ਵਾਰ ਕਿਸਾਨ ਦਿੱਲੀ ਗਏ ਸੀ ਉਦੋਂ ਮੀਟਿੰਗਾਂ ਕਰਦੇ ਹੁੰਦੇ ਸੀ ਉਦੋਂ ਕਿਸੇ ਸੂਬੇ ਦਾ ਮੁੱਖ ਮੰਤਰੀ ਨਾਲ ਬੈਂਦਾ ਸੀ ਨਹੀਂ ਨਾ ਹਰਿਆਣੇ ਵਾਲੇ ਨਾ ਪੰਜਾਬ ਵਾਲੇ ਪਰ ਐਤਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵਿੱਚ ਬਹਿ ਰਹੇ ਆ ਤੇ ਕਿਤੇ ਨਾ ਕਿਤੇ ਉਹਨਾਂ ਦੀ ਭੂਮਿਕਾ ਇਦਾਂ ਲੱਗਦੀ ਹੈ ਕਿ ਉਧਰਲੇ ਪਾਸੇ ਉਹ ਕੇਂਦਰ ਸਰਕਾਰ ਨੂੰ ਕਹਿੰਦੇ ਆ ਕਿ ਆਉਂ ਥੋਨੂੰ ਬਿਠਾਉਣੇ ਆ ਇਧਰ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਕਿ ਆਉਂ ਤੁਹਾਡੀ ਮੀਟਿੰਗ ਇੱਥੇ ਕਰਾ ਦਈਏ ਹੋ ਸਕਦਾ ਹੈ ਕਿ ਕੋਈ ਖਾਕਾ ਖਿੱਚ ਕੇ ਲਿਆਵੇ ਪੰਜਾਬ ਸਰਕਾਰ ਵੀ ਕਿ ਆ ਮਸਲਾ ਜੀ ਜੇ ਤੁਸੀਂ ਐਦਾਂ ਕਰਕੇ ਨਿਬੇੜਦੇ ਹੋ ਤਾਂ ਕਿੰਨੇ ਕਿਤੇ ਗੱਲ ਸੈੱਟ ਆ ਸਕਦੀ ਹੈ ਜਾਨੀ ਕੋਈ ਅਧ ਪਚਦ ਦੀ ਗੱਲ ਨੇੜੇ ਲਿਆਉਣ ਦੇ ਲਈ ਪੰਜਾਬ ਸਰਕਾਰ ਵੀ ਕੋਈ ਨਾ ਕੋਈ ਆਫਰ ਦੋਵਾਂ ਤਰ੍ਹਾਂ ਨੂੰ ਉੱਥੇ ਬੈਠੇ ਆ ਦੇ ਸਕਦੀ ਹੈ ਤੇ ਤੀਸਰੀ ਸਥਿਤੀ ਜਿਹੜੀ ਆ ਉਹਦੇ ਵਿੱਚ ਕਿਸਾਨ ਕਹਿ ਸਕਦੇ ਆ ਕਿ ਨਹੀਂ ਜੀ ਜੋ ਮੰਗਿਆ ਠੀਕ ਮੰਗਿਆ ਇਹਦੇ ਤੋਂ ਪਿੱਛਾ ਅਸੀਂ ਹਟਣਾ ਨਹੀਂ ਕਿਉਂਕਿ ਦੇਖੋ ਕਾਡਰ ਦਾ ਵੀ ਇੱਕ ਦਬਾਅ ਹੁੰਦਾ ਸੰਧਾਲੀਆ ਸਾ ਵੀ ਜਿਹੜੇ ਬੰਦਿਆਂ ਨੂੰ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਲੈ ਕੇ ਆਇਆ ਨਾ ਕਿਸਾਨਾਂ ਕੋ ਉਹ ਇਹ ਕਹਿ ਕੇ ਲੈ ਕੇ ਆਇਆ ਕਿ ਆਪਾਂ ਐਮਐਸਪੀ ਲੈਣੀ ਹੈ ਅਪੀ ਆਪਾਂ ਕਰਜ਼ਾ ਮਾਫੀ ਕਰਾਉਣੀ ਹੈ ਨਹੀਂ ਤਾਂ ਆਪਾਂ ਦਿੱਲੀ ਜਾਣਾ ਹੁਣ ਜੇ ਉਹ ਸਾਰੀਆਂ ਮੰਗਾ ਪ੍ਰਮਾਨ ਨਹੀਂ ਹੁੰਦੀਆਂ ਤਾਂ ਲੋਕ ਤਾਂ ਘਰੋਂ ਦਿੱਲੀ ਜਾਣ ਦੇ ਲਈ ਦੇਖੋ 6 ਮਹੀਨੇ ਦਾ ਰਾਸ਼ਨ ਸ਼ੰਭੂ ਬਾਰਡਰ ਦੇ ਉੱਤੇ ਲਿਜਾਣ ਦੇ ਲਈ ਨਹੀਂ ਕੋਈ ਲੈ ਕੇ ਆਇਆ ਹੁੰਦਾ ਉਹ ਦਿੱਲੀ ਜਾਣ ਦੇ ਲਈ ਲੈ ਕੇ ਆਇਆ ਹੁੰਦਾ ਕੀ ਕਾਟਰ ਦਾ ਜਿਹੜਾ ਇੱਕ ਦਬਾਅ ਹੋਏਗਾ ਜਿਹੜੀ ਗੱਲ ਉਹਨਾਂ ਨੂੰ ਕਹਿ ਕੇ ਲਿਆਂਦੇ ਆ ਉਸ ਦਬਾਅ ਦੇ ਕਰਕੇ ਹੋ ਸਕਦਾ ਕਿ ਕਿਸਾਨ ਤੇ ਨਾ ਇਹ ਕਹਿਣ ਨਹੀਂ ਜੀ ਅਸੀਂ ਤਾਂ ਸਾਰੀਆਂ ਮੰਗਾ ਪ੍ਰਮਾਨ ਕੀਤੇ ਤੋਂ ਬਗੈਰ ਵਾਪਸ ਹੀ ਨਹੀਂ ਮੁੜਨਾ ਹੂੰ ਇਹ ਗੱਲ ਤੁਹਾਡੀ ਠੀਕ ਹੈ WhatsApp ਕਿਉਂਕਿ ਅੱਜ ਦੀ ਇਸ ਮੀਟਿੰਗ ਤੇ ਮੇਰਾ ਖਿਆਲ ਬਹੁਤ ਆਸਾਂ ਉਮੀਦਾਂ ਨੇ ਤੇ ਗੱਲ ਇਹ ਵੀ ਠੀਕ ਆ ਕਿ ਵੀ ਕੇਂਦਰ ਸਰਕਾਰ ਬਿਲਕੁਲ ਨਹੀਂ ਚਾਹੁੰਦੀ ਕਿ ਇਹ ਸਾਰੇ ਮਸਲੇ ਨੂੰ ਹੋਰ ਲਮਕਾਇਆ ਜਾਵੇ ਹੁਣ ਇੱਕ ਤੇ ਇਹ ਖਬਰਾਂ ਹੋ ਗਈਆਂ ਜਿਹੜੀਆਂ ਸ਼ੰਭੂ ਬਾਰਡਰ ਤੋਂ ਆਉਂਦੀਆਂ ਨੇ ਖਨੌਰ ਬਾਰਡਰ ਤੋਂ ਆਉਂਦੀਆਂ ਨੇ ਜਾਂ ਕਹਿ ਲਓ ਕਿ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਜਿੱਥੇ-ਜਿੱਥੇ ਵੀ ਕਿਸਾਨ ਜਥੇਬੰਦੀਆਂ ਹੋਰ ਨਾ ਸੂਪਿਆਂ ਦੇ ਵਿੱਚ ਵੀ ਈਵਨ ਉੱਥੇ ਇਕੱਠੀਆਂ ਹੋਈਆਂ ਉੱਥੇ ਵੀ ਇਹ ਚਰਚਾਵਾਂ ਚੱਲਦੀਆਂ ਬਹੁਤਾ ਕਰਕੇ ਮੈਨੂੰ ਲੱਗਦਾ ਹੈ ਕਿ ਜਿੰਨੀ ਵੀ ਗੱਲਬਾਤ ਸਾਰੇ ਕਿਸਾਨ ਜਥੇਬੰਦੀਆਂ ਦੀ ਸੁਣੀ ਉਦੇ ਚੋਂ ਮੈਨੂੰ ਲੱਗਦਾ ਜਿਹੜੀ ਮੁੱਖ ਮੰਗ ਹੈ ਨਾ ਐਮ ਐਸ ਪੀ ਵਾਲੀ ਕਿ ਮਿਨਿਮਮ ਸਪੋਰਟ ਪ੍ਰਾਈਸ ਯਾਰ ਕਦੋਂ ਦਾ ਤੁਸੀਂ ਇਹ ਸ਼ਬਦ ਜਿਹੜਾ ਉਹ ਕੜਿਆ ਉਸ ਤੋਂ ਬਾਅਦ ਸਰਕਾਰਾਂ ਆ ਦੇ ਤੇ ਆਪਣੀ ਪਿੱਠ ਵੀ ਥਾਪੜ ਦੀਆਂ ਤੇ ਆਪਾਂ ਨੂੰ ਇਹ ਵੀ ਪਤਾ ਕਿ ਜਦੋਂ ਵੀ ਅਗਲੀ ਫਸਲ ਆਉਣ ਵਾਲੀ ਹੁੰਦੀ ਹੈ ਉਸ ਤੋਂ ਪਹਿਲਾਂ ਮੀਡੀਆ ਦੇ ਵਿੱਚ ਅਖਬਾਰਾਂ ਦੇ ਵਿੱਚ ਜ਼ਰੂਰ ਇੱਕ ਖਬਰ ਛਾਪਦੀ ਹੈ ਜੀ ਇਸ ਵਾਰ ਫਲਾਨੀ ਫਲਾਨੀ ਫਸਲ ਦੇ ਜਿਹੜਾ ਘੱਟੋ ਘੱਟ ਸਮਰਥਨ ਮੰਗ ਲੋ ਉਹਦੇ ਵਿੱਚ 50 ਰੁਪਏ ਦਾ ਉਹਦੇ ਵਿੱਚ 100 ਰੁਪਏ ਦਾ ਉਹਦੇ ਵਿੱਚ 150 ਰੁਪਏ ਦਾ ਵਾਅਦਾ ਕੀਤਾ ਉਹ 50 ਰੁਪਏ 100 ਰੁਪਏ 150 ਰੁਪਏ ਦਾ ਵਾਅਦਾ ਕਰਦਿਆਂ ਕਰਦ ਕਿਤੇ ਨਾ ਕਿਤੇ ਜਿਹੜੇ ਬੰਦੇ ਸਿੱਧੇ ਇਸ ਖੇਤੇ ਦੇ ਨਾਲ ਜਾਂ ਇਸ ਕਿਤੇ ਦੇ ਨਾਲ ਨਹੀਂ ਸੀ ਜੁੜੇ ਉਹਨੂੰ ਲੱਗਦਾ ਸੀ ਵੀ ਸਰਕਾਰ ਵਧਾਤਾ ਰਹੀ ਹੈ ਪਰ ਵਿੱਚ ਉਹਦੇ ਵਿੱਚ ਡਿਬੇਟ ਇਹ ਚੱਲਣ ਲੱਗ ਪਈ ਜਿਹੜੀ ਕਿ ਹੁਣ ਪਤਾ ਨਹੀਂ ਕਿੱਥੋਂ ਆਈ ਕਿ ਜਿਹੜੀ ਮਹਿੰਗਾਈ ਹੈ ਜੀ ਉਹਦਾ ਲਿੰਕ ਐਮਐਸਪੀ ਦੇ ਨਾਲ ਹੈ ਕਿ ਜੀ ਸਰਕਾਰ ਤਾਂ ਕਿਸਾਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਦਿੰਦੀ ਆ ਜਦੋਂ ਸਰਕਾਰ ਨਹੀਂ ਘੱਟੋ ਘੱਟ ਉਹਦਾ ਸਮਰਥਨ ਮੁੱਲ ਇੰਨਾ ਗਿਣਤਾ ਤਾਂ ਫਿਰ ਤਾਂ ਮਹਿੰਗਾਈ ਆਪੇ ਹੋਣੀ ਆ ਹਾਲਾਂਕਿ ਉਹਨਾਂ ਨੂੰ ਕੋਈ ਬੰਦਾ ਇਹ ਨਹੀਂ ਸੀ ਸਮਝਾਉਂਦਾ ਕਿ ਜੋ ਮਿਨਿਮਮ ਸਪੋਰਟ ਪ੍ਰਾਈਸ ਆ ਉਹ ਵੀ ਸਿਰਫ ਦੋ ਫਸਲਾਂ ਤੇ ਮਿਲਦੀ ਆ ਬਾਕੀ ਕਿਸੇ ਚੀਜ਼ ਤੇ ਕੋਈ ਸਪੋਰਟ ਪ੍ਰਾਈਸ ਨਹੀਂ ਮਿਲਦੀ ਤੇ ਉਹਦੇ ਵਿੱਚ ਤੇ ਬਾਅਦ ਦੇ ਵਿੱਚ ਜਿਹੜਾ ਐਂਡ ਯੂਜ਼ਰ ਆ ਉਹਦੇ ਤੱਕ ਜਾਂਦੇ ਪ੍ਰੋਡਕਟ ਵਿੱਚਲਾ ਜਿਹੜਾ ਫਰਕ ਆ ਜਿਹੜਾ ਰੇਟ ਵਿੱਚਲਾ ਫਰਕ ਆ ਉਹਨੂੰ ਕੋਈ ਨਹੀਂ ਸੀ ਸਮਝਾ ਕੇ ਰਾਜੀ ਕਿ ਵੀਰ ਮੇਰੋ ਐਮ ਐਸ ਪੀ ਦੀ ਗੱਲ ਹੁੰਦੀ ਆ ਤੁਸੀਂ ਐਮ ਆਰ ਪੀ ਤੇ ਖਰੀਦਦੇ ਹੋ ਉਹ ਐਮ ਐਸ ਪੀ ਤੋਂ ਐਮ ਆਰ ਪੀ ਬਣਨ ਦੇ ਵਿਚਲਾ ਫਾਸਲਾ ਜਿਹੜਾ ਹੈ ਉਥੇ ਕੀ ਗੇਮ ਚੱਲਦੀ ਆ ਸਮਝ ਨਹੀਂ ਆਉਂਦੀ ਹੁਣ ਗੱਲ ਇਹ ਆ ਕਿ ਇਹ ਜੇ ਮਸਲਾ ਦੀ ਕੋਈ ਕਵੇ ਨਾ ਵੀ ਹਾਂ ਯਾਰ ਕਿਸਾਨਾਂ ਨੇ ਕਹਿਤਾ ਸਰਕਾਰ ਨੇ ਮੰਨ ਲਿਆ ਸਰਕਾਰ ਕਹੂਗੀ ਆਪਾਂ ਇਦਾਂ ਨਹੀਂ ਇਦਾਂ ਬਣਾ ਲੀਨੇ ਆ ਜਿਹੜੇ ਬੰਦੇ ਐਮ ਆਰਪੀ ਵਾਲੇ ਨੇ ਤੇ ਐਮ ਐਸਪੀ ਦੇ ਫਰਕ ਦੇ ਵਿਜਲੇ ਵਾਲੇ ਨੇ ਉਹਨਾਂ ਦਾ ਪ੍ਰੈਸ਼ਰ ਉਹਨਾਂ ਦਾ ਦਬਾਅ ਕੀ ਇੰਨੇ ਦਹਾਕੇ ਨਹੀਂ ਰਿਹਾ ਹੋਊਗਾ ਕਿ ਹੁਣ ਤੱਕ ਇਹ ਸਾਰਾ ਕੁਝ ਹੱਲ ਨਹੀਂ ਹੋਇਆ ਤੇ ਜੇ ਹੁਣ ਸਰਕਾਰ ਚਾਹੇ ਵੀ ਆਪਾਂ ਇਹ ਸਾਰੇ ਕੁਝ ਨੂੰ ਐਜ਼ ਇਟ ਇਜ਼ ਹੀ ਹੱਲ ਕਰ ਦੇਣਾ ਤੇ ਕੀ ਤੁਹਾਨੂੰ ਨਹੀਂ ਲੱਗਦਾ WhatsApp ਵੀ ਕੁਝ ਐਸੀ ਲੋਬੀ ਕੋਈ ਨਾ ਕੋਈ ਐਸੀ ਤਰ੍ਹਾਂ ਹੋਣਗੀਆਂ ਜ਼ਰੂਰ ਕਿ ਜੇ ਉਹਨਾਂ ਨੂੰ ਲੱਗਦਾ ਹੋਊਗਾ ਵੀ ਯਾਰ ਜੇ ਸਾਰਾ ਕੁਝ ਇਦਾਂ ਹੀ ਸੌਖਾ ਹੋ ਗਿਆ ਇਫਰ ਆਪਾਂ ਕਿਹੜੀ ਮਾਨੂਮਾਸੀ ਆਖਣਾ ਹੋ ਸਕਦਾ ਕਿਸੇ ਨੂੰ ਲੱਗਦਾ ਹੋ ਪਿਆ ਰੀ ਐਂਗਲ ਹੈ ਨਹੀਂ ਪਰ ਇਹ ਹੈਂਗਲ ਐਂਗਲ ਹੈਗਾ ਇਹੀ ਕਾਰਨਾਂ ਕਿ ਐਮਐਸਪੀ ਤੇ ਐਮਆਰਪੀ ਐਮਐਸਪੀ ਦੇ ਉੱਪਰ ਕਿਸਾਨ ਰੋਲਦਾ ਫਿਰਦਾ ਤੇ ਐਮਆਰਪੀ ਦੇ ਉੱਪਰ ਆਮ ਬੰਦਾ ਤੁਰਿਆ ਫਿਰਦਾ ਤੇ ਉਹਦੇ ਵਿੱਚਲਾ ਜਿਹੜਾ ਮਲਾਈ ਵਾਲਾ ਕੰਮ ਆ ਉਹ ਕੋਈ ਹੋਰ ਸ਼ੱਕਸ਼ਕਾ ਜਾਂਦਾ ਮੈਨੂੰ ਲੱਗਦਾ ਵੀ ਇਸ ਮੁੱਦੇ ਨੂੰ ਵੀ ਜੇ ਕਿਤੇ ਸਰਕਾਰਾਂ ਹੁਣ ਚਾਹੇ ਨਹੀਂ ਪਰ ਇਸ ਤੋਂ ਬਾਅਦ ਜ਼ਰੂਰ ਕਿਤੇ ਨਾ ਕਿਤੇ ਇਹਦੇ ਤੇ ਕੋਈ ਨਾ ਕੋਈ ਹੱਲ ਕਰ ਲੈਣ ਤੇ ਮਸਲੇ ਹੱਲ ਹੋ ਜਾਣਗੇ ਜੇ ਕਿਸੇ ਨੂੰ ਨਹੀਂ ਸਮਝ ਆਉਂਦਾ ਤੇ ਆਪਾਂ ਜਦੋਂ ਦਵਾਈਆਂ ਵਾਲੀ ਗੱਲ ਚੱਲਦੀ ਹੁੰਦੀ ਉਹਦਾ ਇੱਕ ਐਗਜ਼ਾਮ ਤੇ ਅਗਲਾ ਕਹਿੰਦਾ ਹੁੰਦਾ ਜੀ ਇਹ ਛਾ ਇੱਕ ਜਨਰਿਕ ਜੀ ਦਵਾਈ ਆ ਤੇ ਇਹਦਾ ਮੁੱਲ ਆ ਇੰਨਾ ਕਹਿ ਬਜਾ ਤੁਸੀਂ ਫਲਾਣੇ ਥਾਂ ਤੋਂ ਲੈਨੇ ਤੋ ਤੁਹਾਨੂੰ ਇੰਨੇ ਦੀ ਦਿੰਦੇ ਆ ਤੇ ਬੰਦਾ ਸੋਚਦਾ ਵੀ ਯਾਰ ਜੇ ਸਾਲਟ ਦਾ ਮੁੱਲ ਹੀ ਇੰਨਾ ਕਹਿ ਤੇ ਫਿਰ ਤੁਸੀਂ ਮਾਰਕੀ ਦਾ ਮੁੱਲ ਇੰਨਾ ਕਿਉਂ ਲੈਨੇ ਹੋ ਉਹ ਸਾਲਟ ਤੇ ਮਾਰਕੀ ਵਾਲੇ ਫਰਕ ਇੰਨਾ ਵੀ ਜਿਹੜਾ ਆਮ ਕਣਕ ਆ ਜਿਹੜੀ ਕਿ ਟਰਾਲੀ 'ਚ ਪਾ ਕੇ ਮੰਡੀ 'ਚ ਜਾਂਦੀ ਆ ਜਾਂ ਝੋਨਾ ਜਿਹੜਾ ਮੰਡੀ ਜਾਂਦਾ ਜਾਂ ਜਿਹੜੀ ਦਾਲ ਅਗਲਾ ਮੰਡੀ 'ਚ ਟਰਾਲੀ 'ਚ ਪਾ ਕੇ ਜਾਂ ਬੋਰੀਆਂ 'ਚ ਲੱਦ ਕੇ ਲੈ ਕੇ ਜਾਂਦਾ ਉਹਦਾ ਭਾਅ ਮੁੱਲ ਕੋਈ ਨਹੀਂ ਤੇ ਜਿੱਦ ਦਿਨ ਅਗਲਾ ਸੋਹਣੇ ਜਿਹੇ ਲਫਾਫੇ ਦੇ ਵਿੱਚ ਉਤੋਂ ਕਿਹਨਾ ਕਿਹੇ ਮਾਡਲ ਦੀ ਫੋਟੋ ਲਾ ਕੇ ਕਹਿੰਦਾ ਜੇ ਫੂਲਨੇ ਵਾਲੀ ਰੋਟੀ ਆ ਫਲਾਨੇ ਆਟੇ ਕੀ ਖਾਏ ਉਹ ਦਿਨ ਉਹੀ ਅਗਲਾ 60 ਦਾ 65 ਦਾ 75 ਦਾ ਵੇਚ ਦਿੰਦਾ ਦੇਖੋ ਸੰਧਾਲੀਆਂ ਸਭ ਇੱਕ ਹੈ ਨਾ ਬਹੁਤ ਵੱਡਾ ਪ੍ਰਚਾਰ ਚੱਲਦਾ ਹੁੰਦਾ ਕਿ ਜੇ ਐਮਐਸਪੀ ਸਾਰੀਆਂ ਫਸਲਾਂ ਦੇ ਉੱਤੇ ਮਿਲ ਗਈ ਜਾਂ ਸੁਆਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਹੋ ਗਈਆਂ ਤਾਂ ਫਸਲਾਂ ਦੇ ਭਾਅ ਵਧ ਜਾਣੇ ਆ ਕਿ ਕਿਸਾਨ ਤਾਂ ਖੁਸ਼ ਹੋ ਜਾਊਗਾ ਪਰ ਜੇ ਫਸਲ ਦਾ ਭਾਅ ਵਧੂਗਾ ਤੇ ਉਹੀ ਚੀਜ਼ ਜਦੋਂ ਬਾਜ਼ਾਰ ਦੇ ਵਿੱਚ ਗੈਰ ਖੇਤੀਬਾੜੀ ਵਾਲੇ ਬੰਦੇ ਨੇ ਤਾਂ ਉਹਨੂੰ ਵੱਧ ਕੀਮਤ ਚੁਕਾਉਣੀ ਪਊਗੀ ਤੇ ਸਿਆਸੀ ਪਾਰਟੀਆਂ ਉਹ ਖਤਰਾ ਮੁੱਲ ਨਹੀਂ ਲੈਂਦੀਆਂ ਹੁਣ ਕਿਸਾਨ ਭਾਅ ਕਾਦੇ ਤੇ ਮੰਗਦਾ ਉਹ ਕਹਿੰਦਾ ਜੀ ਮੇਰੀ ਲਾਗਤ ਵੱਧ ਗਈ ਹੈ ਮੇਰੇ ਜਦੋਂ ਕਣਕ ਪੈਦਾ ਕਰਦਾ ਝੋਨਾ ਪੈਦਾ ਕਰਦਾ ਮੱਕੀ ਪੈਦਾ ਕਰਦਾ ਤੇ ਮੇਰੇ ਵੱਧ ਪੈਸੇ ਖਰਚ ਹੋ ਰਹੇ ਇਸ ਕਰਕੇ ਮੈਂ ਵੱਧ ਪੈਸੇ ਚਾਹੁੰਦਾ ਕਿ ਮੈਨੂੰ ਕੀਮਤ ਜ਼ਿਆਦਾ ਮਿਲੇ ਮੇਰਾ ਘਰ ਪੂਰਾ ਹੁੰਦਾ ਰਹੇ ਮੈਂ ਅਗਲੀ ਫਸਲ ਬੀਜ ਸਕਾਂ ਤੇ ਉੱਥੇ ਸਾਰਾ ਇਹ ਹੈ ਕਿ ਤੁਸੀਂ ਕਿਸੇ ਨੂੰ ਵੀ ਨਾਰਾਜ਼ ਨਾ ਕਰੋ ਕਿਸਾਨ ਖਾਦ ਆਪ ਨਹੀਂ ਪਾਉਣ ਲੱਗਿਆ ਕਿਸਾਨ ਦਵਾਈਆਂ ਆਪਣੀ ਪਾਉਣ ਲੱਗਿਆ ਕਿਸਾਨ ਹਾਈਬ੍ਰਿਡ ਬੀਜ ਆਪ ਨਹੀਂ ਬੀਜਣ ਲੱਗਿਆ ਉਸ ਸਰਕਾਰਾਂ ਨੇ ਉਤਸ਼ਾਹ ਦਿੱਤਾ ਸੀ ਕਿ ਇਹ ਕਰੋ ਤੁਸੀਂ ਖਾਦ ਦੀ ਕੀਮਤ ਤੁਸੀਂ ਦਵਾਈ ਦੀ ਕੀਮਤ ਤੁਸੀਂ ਬੀਜ ਦੀ ਕੀਮਤ ਖੇਤੀਬਾੜੀ ਦੇ ਕਿਸਾਨ ਜੜੇ ਨੇ ਉਹਨਾਂ ਦੀ ਕੀਮਤ ਉਹ ਸਾਰੀ ਇੰਨੀ ਘੱਟ ਕਰਦੇ ਹੋ ਕਿ ਕਿਸਾਨ ਦੀ ਲਾਗਤ ਹੀ ਘੱਟ ਹੋ ਜਵੇ ਤੇ ਉਹ ਕਬੇ ਨਾ ਤੁਹਾਨੂੰ ਕਿ ਤੁਸੀਂ ਕੀਮਤ ਪਤਾਓ ਉਹ ਕਹਵੇ ਕਿ ਭਾਈ ਠੀਕ ਹੈ ਜਿੰਨੀ ਕੀਮਤ ਤੁਸੀਂ ਦਿਨੇ ਹੋ ਮੈਨੂੰ ਇੰਨੀ ਕੀਮਤ ਮਨਜ਼ੂਰ ਹੈ ਕਿਉਂਕਿ ਇਹ ਸੁਮਿਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਮਤਲਬ ਠੀਕ ਹੈ ਹੁਣ ਜੇ ਕਿਸੇ ਕਿਸਾਨ ਦਾ ਰੁਪਈਆ 100 ਖਰਚ ਹੁੰਦਾ ਦਊਡ ਦਊਡ 100 ਕਹਿੰਦਾ ਮੈਨੂੰ ਦਿਓ ਤਾਂ ਤੁਸੀਂ ਉਹਦਾ ਖਰਚਾ ਹੀ 50 ਕਰ ਦਿਓ ਤੇ ਜੇ ਖਰਚਾ 50 ਕਰ ਦਿਓਗੇ ਅਗਲਾ 75 ਮੰਗੂਗਾ ਤੇ ਫਿਰ ਕਿਸਾਨ ਨੂੰ ਵੀ ਚਾਰ ਪੈਸੇ ਬਚ ਗਏ ਜਿਹੜਾ ਐਂਡ ਯੂਜ਼ਰ ਹੈ ਜਿਹੜਾ ਉਹ ਗ੍ਰਾਹਕ ਹੈ ਜਿਨੇ ਜਾ ਕੇ ਬਾਜ਼ਾਰ ਦੇ ਵਿੱਚੋਂ ਦੁਕਾਨ ਦੇ ਵਿੱਚੋਂ ਸਾਮਾਨ ਖਰੀਦਣ ਲੈ ਕੇ ਆਉਣਾ ਉਹਨੂੰ ਵੀ ਸਸਤੇ ਭਾਅ ਦੇ ਉੱਤੇ ਮਿਲੂ ਕੁੰਡੀ ਤਾਂ ਇੰਨੀ ਕੀ ਆ ਨਾ ਕਿ ਜਿਹੜੀਆਂ ਕੰਪਨੀਆਂ ਉਹ ਖਾਦ ਬਣਾਉਂਦੀਆਂ ਦਵਾਈ ਬਣਾਉਂਦੀਆਂ ਜਾਂ ਖੇਤੀਬਾੜੀ ਦੇ ਸੰਦ ਬਣਾਉਂਦੀਆਂ ਜਾਂ ਬੀਜ ਬਣਾਉਂਦੀਆਂ ਉਹਨਾਂ ਜਾਂ ਤਾਂ ਉਹਨਾਂ ਨੂੰ ਕਹੋ ਕਿ ਭਾਈ ਤੁਹਾਡੀ ਲਾਗਤ ਘਟਣੀ ਚਾਹੀਦੀ ਆ ਤੁਹਾਡਾ ਮੁਨਾਫਾ ਸੀ ਘਟਾਉਣਾ ਜਾਫਰ ਸਰਕਾਰ ਦੀਆਂ ਕੰਪਨੀਆਂ ਉਹ ਕੰਮ ਕਰ ਸਕਦੀਆਂ ਸਰਕਾਰ ਕਰੇ ਜੇ ਕੰਪਨੀਆਂ ਖਾਦ ਬਣਾ ਸਕਦੀਆਂ ਦਵਾਈ ਬਣਾ ਸਕਦੀਆਂ ਬੀਜ ਬਣਾ ਸਕਦੀਆਂ ਸਰਕਾਰ ਦੇ ਵਿਭਾਗ ਕਿਉਂ ਨਹੀਂ ਬਣਾ ਸਕਦੇ ਸਰਕਾਰ ਦੇ ਵਿਭਾਗ ਵੀ ਉਹ ਬਣਾ ਸਕਦੇ ਆ ਇਸ ਕਰਕੇ ਕਿਤੇ ਨਾ ਕਿਤੇ ਇਹ ਕਹਾਣੀ ਜਿਹੜੀ ਹੈ ਉਹ ਲਾਗਤ ਦੇ ਨਾਲ ਸੰਧਾਲੀਆ ਸਭ ਜ਼ਰੂਰ ਜੁੜਦੀ ਹੈ ਤੇ ਬਿਲਕੁਲ ਲਗਦੇ ਨਾਲ ਜੁੜਦੀ ਆ ਸੋ ਇਹ ਉਹ ਚੀਜ਼ਾਂ ਨੇ ਜੀ ਜਿਨ੍ਹਾਂ ਚੀਜ਼ਾਂ ਦਾ ਹੱਲ ਕੱਢਣਾ ਪਊਗਾ ਇੱਕ ਮੇਰਾ ਖਿਆਲ ਆਪਾਂ ਜਦੋਂ ਅਗਲੇ ਹਿੱਸੇ ਦੇ ਵਿੱਚ ਜਾਵਾਂਗੇ ਤਾਂ ਉਹਦੇ ਵਿੱਚ ਜ਼ਰੂਰ ਜ਼ਿਕਰ ਕਰਾਂਗੇ ਕਿ ਕੁਝ ਇੱਕ ਬੁੱਧੀਜੀਵੀ ਕੁਝ ਇੱਕ ਅਰਥਸ਼ਾਸਤਰੀ ਹੁਣ ਸਲਾਹਾਂ ਕੀ ਦੇ ਰਹੇ ਨੇ ਉਹਨਾਂ ਸਲਾਹਾਂ ਦੇ ਉੱਪਰ ਵੀ ਚਰਚਾ ਕਰਨੀ ਬਣਦੀ ਹੈ ਉਸ ਤੋਂ ਬਾਅਦ ਕਿਸਾਨਾਂ ਧਰਾਂ ਦੇ ਜਿਹੜੀ ਕੁਸ਼ ਆਗੂ ਜਿਹੜੇ ਕਿ ਇਸ ਵਕਤ ਇਸ ਅੰਦੋਲਨ ਦੇ ਵਿੱਚ ਜਾਂ ਕਹ ਲੋ ਕਿ ਸ਼ੰਭੂ ਬਾਰਡਰ ਵਾਲੀ ਜਿਹੜੀਆਂ ਜਿੱਥੇ ਬੰਦੀਆਂ ਨੇ ਉਹਦੇ ਵਿੱਚ ਸਿੱਧੇ ਨਹੀਂ ਹੈਗੇ ਪਰ ਜੇ ਆਪਾਂ ਐਸਕੇਮ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਹੈਗੇ ਨੇ ਉਹਨਾਂ ਦਾ ਕੀ ਪੁਆਇੰਟ ਆਫ View ਹੈ ਤੇ ਉਹਦੇ ਵਿੱਚ ਜਿਹੜੀ ਇੱਕ ਗੱਲ ਨਿਕਲ ਕੇ ਆਉਂਦੀ ਹੈ ਕਿ ਕੁਛ ਇੱਕ ਮੱਧਹਿਸਤਤਾ ਸ਼ਬਦ ਉਹ WhatsApp ਵਰਤੇ ਹੁੰਦੇ ਆ ਮੈਨੂੰ ਵੀ ਕਦੇ ਸੁਣਿਆ ਸੀ ਮੈਂ ਕਹਾਂ ਮੈਂ ਐਜ਼ ਇਟ ਇਜ਼ ਵਰਤਾਂ ਜਿਹਨੂੰ ਆਪਾਂ ਬਚੋਲ ਕੀ ਵਾਲੀ ਗੱਲ ਕਰ ਦਿੰਦੇ ਆ WhatsApp ਦੇਖੋ ਗੱਲ ਇਹ ਆ ਕਿ ਜਦੋਂ ਆਪਾਂ ਇਹ ਸਾਰੇ ਕੁਝ ਨੂੰ ਦੇਖਦੇ ਆ ਨਾ ਤੇ MSP MRP ਵਾਲਾ ਫਰਕ ਜਿਹੜਾ ਉਹ ਤੇ ਸਮਝ ਆਉਂਦਾ ਕਿ ਕਿਸਾਨ ਜਿਹੜਾ ਹੈ ਉਹਦੀ ਜੇ ਲਾਗਤ ਘਟ ਜੇ ਉਹਦਾ ਮੁਨਾਫਾ ਉਹਦੇ ਵਿੱਚ ਉਹਨੂੰ ਮਿਲ ਜੇ ਤੇ ਸਰਕਾਰ ਨੂੰ ਉਹ ਕੋਈ ਨਹੀਂ ਆਖੂਗਾ ਵੀ ਮੈਨੂੰ ਫਲਾਨੀ ਚੀਜ਼ ਦਾ ਆ ਰੇਟ ਮਤਲਬ ਇਹ ਕਿ ਜਿਹੜੀ ਸਬਸਿਡੀ ਸਰਕਾਰ ਕਹਿੰਦੀ ਅਸੀਂ ਦਿੰਨੇ ਆ ਉਹ ਸਬਸਿਡੀ ਦਾ ਅਸਲ ਹੱਲ ਜਾਂ ਅਸਲ ਜਿਹੜਾ ਫਾਇਦਾ ਹੈ ਉਹ ਕਿਸਾਨ ਤੱਕ ਪਹੁੰਚੇ ਜਾਂ ਫਿਰ ਉਹ ਜੇ ਮਾਰਕੀਟ ਮੰਡੀ ਦੇ ਹਿਸਾਬ ਨਾਲ ਚੱਲਣਾ ਤੇ ਗਲੋਬਲੀ ਜੋ ਜਿੱਥੇ ਰੇਟ ਚੱਲਦਾ ਤੇ ਐਮ ਆਰ ਪੀ ਤੇ ਜਾ ਕੇ ਜਿਹੜੀਆਂ ਚੀਜ਼ਾਂ ਜਿੱਥੇ ਵਿਕਦੀਆਂ ਨੇ ਉਹਦੇ ਤੇ ਸਰਕਾਰ ਥੋੜਾ ਜਿਹਾ ਧਿਆਨ ਦੇਵੇ ਕਿ ਯਾਰ ਜੇ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਇੰਨੀ ਮਹਿੰਗਾਈ ਕਰੀ ਬੈਠੇ ਨੇ ਤੇ ਜਦੋਂ ਅਸਲ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਪੈਦਾ ਕਰਨ ਵਾਲਾ 6-6 ਮਹੀਨੇ ਖਾਪਣ ਵਾਲਾ ਸੱਪਾਂ ਦੀਆਂ ਸਰੀਆਂ ਮਿੱਧਣ ਵਾਲਾ ਬੰਦਾ ਭੁੱਖਾ ਮਰ ਰਿਹਾ ਤੇ ਫਿਰ ਵਿੱਚੋਂ ਕੌਣ ਲੋਕ ਨੇ ਜਿਹੜ ਇਹ ਸਾਰੇ ਕੁਝ ਦੇ ਉੱਪਰ ਮੇਰਾ ਖਿਆਲ ਅੱਜ ਵਾਲੀ ਮੀਟਿੰਗ ਦੇ ਵਿੱਚ ਜੇ ਚਰਚਾ ਹੋਊਗੀ ਤੇ ਸਰਕਾਰ ਇਹਦੇ ਤੇ ਕਿਤੇ ਨਾ ਕਿਤੇ ਕੁਝ ਆਗੀ ਤੇ ਮੈਨੂੰ ਲੱਗਦਾ ਇਹ ਜਿਹੜੀ ਮੁੱਖ ਮੰਗ ਆ ਇਹਦਾ ਕੋਈ ਨਾ ਕੋਈ ਹੱਲ ਹੋ ਗਿਆ ਤੇ ਸ਼ਾਇਦ ਕਾਫੀ ਕੁਝ ਨੇੜੇ ਲੱਜੇ ਕਿ ਤੁਹਾਨੂੰ ਲੱਗਦਾ ਜਿਹੜੀ ਕਰਜ਼ੇ ਵਾਲੀ ਗੱਲ ਹੈ ਉਹਦੇ ਤੇ ਵੀ ਗੜਾਰੀ ਫਸ ਸਕਦੀ ਹੈ। ਰਸੰਦ ਵਾਲੀ ਸਰ ਸ਼ਾਇਦ ਕਰਜ਼ੇ ਵਾਲੀ ਗੱਲ ਤੇ ਗੜਾਰੀ ਬਹੁਤੀ ਨਾਲ ਫਸੇ ਕਿਉਂਕਿ ਜਾਂ ਕਰਜ਼ਾ ਮਾਫੀ ਜਾਂ ਐਮਐਸਪੀ ਇਹਨਾਂ ਦੇ ਵਿੱਚੋਂ ਇੱਕ ਮੰਗ ਵੀ ਪ੍ਰਵਾਨ ਹੋ ਗਈ ਨਾ ਤਾਂ ਕਿਸਾਨ ਤਰ੍ਹਾਂ ਸਹਿਮਤ ਹੋ ਸਕਦੀਆਂ ਚਲੋ ਬਾਕੀ ਬੀਤੇ ਕੱਲ ਹੋਇਆ ਕੀ ਕੀ ਕਿਉਂਕਿ ਜਦੋਂ ਸੀਜ਼ ਫਾਇਰ ਸ਼ਬਦ ਵਰਤਿਆ ਜਾ ਰਿਹਾ ਹਾਲਾਂਕਿ ਉਹ ਠੀਕ ਨਹੀਂ ਕਿ ਭਾਈ ਨਾ ਤੁਸੀਂ ਕੁਝ ਕਰੋ ਤੇ ਨਾ ਅਸੀਂ ਕੁਝ ਕਰੀਏ ਕਿਸਾਨ ਬੈਠੇ ਰਹਿਣ ਤੇ ਜਿਹੜੀਆਂ ਸੁਰੱਖਿਆ ਫੋਰਸਸ ਨੇ ਉਹ ਵੀ ਅਥਰੂ ਗੈਸ ਦੇ ਗੋਲੇ ਨਾ ਛੜਰੇ ਫਿਰ ਵੀ ਵਿਚ ਵਿਚਾਲੇ ਕੋਈ ਨਾ ਕੋਈ ਉਧਰਲੇ ਪਾਸੇ ਚਲੀ ਜਾਂਦਾ ਸੀ ਜਿੱਧਰ ਬੈਰੀਕੇਡ ਹੈ ਅਗਲੇ ਵੀ ਟਾਮਾ ਟਾਮਾ ਅਥਰੂ ਗੈਸ ਦਾ ਗੋਲਾ ਕਿਤੇ ਸੁੱਟ ਦਿੰਦੇ ਸੀ ਪਰ ਪਹਿਲਾਂ ਜਿੰਨਾ ਹੰਗਾਮਾ ਨਹੀਂ ਹੋਇਆ ਇਹਦੇ ਵਿੱਚ ਹੀ ਜਿਹੜੀਆਂ ਕੁਝ ਨਵੀਆਂ ਡਿਵੈਲਪਮੈਂਟਸ ਨੇ ਜਿਹੜੀਆਂ ਨਵੀਆਂ ਚੀਜ਼ਾਂ ਜਿਹੜੀਆਂ ਕਿਸਾਨ ਅੰਦੋਲਨ ਦੇ ਨਾਲ ਜੁੜੀਆਂ ਜਿਹੜੀਆਂ ਤਿਹਰਾ ਇਸ ਅੰਦੋਲਨ ਕਰ ਰਹੀਆਂ ਧਿਰਾਂ ਤੋਂ ਵੱਖ ਨੇ ਬਹੁਤਿਆਂ ਨੇ ਕਿਸਾਨ ਤੇਰਾ ਅੰਦੋਲਨ ਕਰਨ ਵਾਲੀਆਂ ਥੋੜੀਆਂ ਨੇ ਉਹਨਾਂ ਧਿਰਾਂ ਨੇ ਆਪਣੇ ਤੌਰ ਦੇ ਉੱਤੇ ਸਰਗਰਮੀਆਂ ਕੀਤੀਆਂ ਖਾਸ ਤੌਰ ਦੇ ਉੱਤੇ ਗੁਰਨਾਮ ਸਿੰਘ ਚੜੂਨੀ ਹਰਿਆਣੇ ਦੇ ਲੀਡਰ ਨੇ ਕਿਸਾਨ ਲੀਡਰ ਨੇ ਉਹਨਾਂ ਨੇ ਉੱਥੇ ਫਿਰ ਧਰਨੇ ਪ੍ਰਦਰਸ਼ਨ ਹਰਿਆਣੇ ਦੇ ਵਿੱਚ ਵੀ ਕੀਤੇ ਟੌਲ ਪਲਾਜ਼ੇ ਵੀ ਮੁਕਤ ਕਰਾਏ ਤੇ ਉਹ ਕਹਿੰਦੇ ਜੀ ਅਸੀਂ ਇਸੇ ਤਰੀਕੇ ਚਲਾਈ ਰੱਖਣਾ ਕੰਮ ਇਧਰ ਜੋਗਿੰਦਰ ਸਿੰਘ ਗੁਰਾਹਾਂ ਹੋਰਾਂ ਦੀ ਜਥੇਬੰਦੀ ਹੈ ਉਹ ਵੀ ਇਸ ਅੰਦੋਲਨ ਦੇ ਵਿੱਚ ਸ਼ਾਮਲ ਨਹੀਂ ਉਸ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਖੜੀ ਹੈ। ਬਾਕੀ ਸੰਯੁਕਤ ਕਿਸਾਨ ਮੋਰਚੇ ਵਾਲੀਆਂ ਧਿਰਾਂ ਜਿਨ੍ਹਾਂ ਨੇ ਪਿਛਲੀ ਵਾਰ ਉਹ ਮੋਰਚਾ ਚਲਾਇਆ ਸੀ ਉਹ ਸਾਰੀਆਂ ਧਿਰਾਂ ਨੇ ਵੀ ਸਰਗਰਮੀਆਂ ਕੀਤੀਆਂ। ਇੱਕ ਤਾਂ ਜਗਿੰਦਰ ਸਿੰਘ ਗੁਰਾਹਾਂ ਹੋਰਾਂ ਨੇ ਇਹ ਕਹਿ ਦਿੱਤਾ ਕਿ ਅਸੀਂ ਹੁਣ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨੇਤਾ ਨੇ ਉਹਨਾਂ ਦੇ ਘਰ ਦੇ ਮੋਰੇ ਧਰਨਾ ਦੇਣਾ। ਉਹਨਾਂ ਨੇ ਜਾਖੜ ਸਾਹਿਬ ਦੇ ਘਰ ਮੋਰੇ ਵੀ ਧਰਨਾ ਦਿੱਤਾ, ਕੈਪਟਨ ਸਾਹਿਬ ਦੇ ਧਰਨ ਘਰ ਮੋਰੇ ਵੀ ਤੇ ਕੇਵਲ ਸਿੰਘ ਢਿੱਲੋਂ ਦੇ ਘਰ ਮੋਰੇ ਵੀ। ਤਿੰਨੋਂ ਭਾਜੀਪੀ ਦੇ ਲੀਡਰ ਨੇ। ਪਰ ਉੱਥੇ ਕੋਈ ਤਕਰਾਰਬਾਜ਼ੀ ਨਹੀਂ ਹੋਈ। ਉੱਥੇ ਇਦਾਂ ਨਹੀਂ ਹੋਇਆ ਕਿ ਧਰਨਾ ਦੇਣ ਗਏ ਤਾਂ ਮੁਰੇ ਕੋਈ ਕਿਸੇ ਨੇ ਵਿਰੋਧ ਕੀਤਾ ਇੱਕ ਜਗ੍ਹਾ ਦੀ ਤਾਂ ਮੈਂ ਵੀਡੀਓ ਦੇਖ ਰਿਆ ਸੀ ਜਦੋਂ ਬੰਦੇ ਧਰਨਾ ਦੇਣ ਜਾਂਦੇ ਆ ਤੇ ਮੁਰੇ ਪਾਣੀ ਲੈ ਕੇ ਆਏ ਸੀ ਕਿ ਪਾਣੀ ਜਾਨ ਸਕੋ ਜੀ ਕੋਈ ਗੱਲ ਨਹੀਂ ਇਸੇ ਤਰੀਕੇ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਕੋਈ ਨਾ ਕੋਈ ਹੁਣ ਕੰਮ ਕਰਨਾ ਪੈ ਰਿਹਾ ਕਿ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨੇ ਉਹਨਾਂ ਦੀ ਇਕਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਮੁਰੇ ਜਾ ਕੇ ਉਹਨਾਂ ਨੇ ਧਰਨਾ ਦਿੱਤਾ ਕਿ ਤੁਸੀਂ ਕਿਸਾਨਾਂ ਦੇ ਨਾਲ ਜਿਹੜਾ ਉਠੀਕ ਨਹੀਂ ਕਰ ਰਹੇ ਸੋ ਬਹੁਤ ਕੁਝ ਜਿਹੜਾ ਲਗਾਤਾਰ ਪੰਜਾਬ ਦੇ ਵਿੱਚ ਘਟ ਵਾਪਰ ਰਿਆ ਡਿਬੇਟਸ ਹੋ ਰਹੀਆਂ ਨੇ ਕਿ ਕੀ ਅੰਦੋਲਨ ਠੀਕ ਹੈ ਕੀ ਅੰਦੋਲਨ ਠੀਕ ਨਹੀਂ ਅੰਦੋਲਨ ਦੇ ਨਾਲ ਕੀ ਲਾਭ ਹੈ ਕੀ ਹਾਨੀਆਂ ਨੇ ਕਿਉਂਕਿ ਆਪਾਂ ਬੀਤੇ ਦਿਨਾਂ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਕੁਝ ਤਿਰਾਨੇ ਖਾਸ ਤੌਰ ਦੇ ਉੱਤੇ ਛੋਟੀ ਇੰਡਸਟਰੀ ਹੈ ਜਿਹੜੇ ਛੋਟੇ ਉਦਯੋਗ ਨੇ ਛੋਟੀਆਂ ਫੈਕਟਰੀਆਂ ਨੇ ਜਿੱਥੇ ਰੋਜ਼ਗਾਰ ਵੀ ਪੈਦਾ ਹੁੰਦਾ ਜਿੱਥੇ ਪ੍ਰੋਡਕਸ਼ਨ ਹੁੰਦੀ ਹੈ ਪੰਜਾਬ ਨੂੰ ਚਾਰ ਪੈਸੇ ਟੈਕਸ ਦੇ ਆਉਂਦੇ ਆ ਉਹ ਵੀ ਵਿਚ ਵਿਚਾਲੇ ਕਹਿੰਦੇ ਆ ਕਿ ਸਾਨੂੰ ਫਿਰ ਤੰਗੀ ਹੁੰਦੀ ਹੈ ਜੀ ਜਦੋਂ ਟਰਾਂਸਪੋਰਟੇਸ਼ਨ ਦਾ ਖਰਚਾ ਵੱਧ ਜਾਵੇ ਜਾਂ ਟਰਾਂਸਪੋਰਟੇਸ਼ਨ ਠੀਕ ਤਰੀਕੇ ਨਾਲ ਤੇ ਸਭ ਤੋਂ ਵੱਡੀ ਗੱਲ ਬਹੁਤ ਸਾਰੇ ਲੋਕ ਕਹਿੰਦੇ ਆ ਮੈਂ ਸੁਣ ਵੀ ਰਿਹਾ ਸੀ ਮੈਂ ਕਦੀ ਕਿਸੇ ਨੂੰ ਜਵਾਬ ਨਹੀਂ ਦਿੰਦਾ ਇਸ ਮਸਲੇ ਤੇ ਉਹ ਕਹਿੰਦੇ ਯਾਰ ਚੱਲੀ ਜਾਂਦਾ ਕੰਮ ਕਾਰਾਂ ਚ ਚਾਈ ਜਾਂਦੇ ਆ ਲੋਕ ਕਾਰਾਂ ਜਿੱਧਰ ਦੀ ਮਰਜ਼ੀ ਲੈ ਜਾਓ ਸੜਕਾਂ ਤਾਂ ਦੋਈ ਬੰਦ ਨੇ ਠੀਕ ਐ ਪਰ ਕੀ ਜੇ ਕਿਸੇ ਬੰਦੇ ਨੇ ਪੰਜਾਬ ਤੋਂ ਹਰਿਆਣੇ ਨੂੰ ਜਾਣਾ ਕੋਈ ਬੱਸ ਚੱਲਦੀ ਐ ਜੇ ਕਿਸੇ ਬੰਦੇ ਨੇ ਪੰਜਾਬ ਤੋਂ ਦਿੱਲੀ ਨੂੰ ਜਾਣਾ ਕੋਈ ਬੱਸ ਚੱਲਦੀ ਐ ਮੰਨ ਲਓ ਇੱਕ ਬੰਦਾ ਹਰਿਆਣੇ ਦੇ ਕਿਸੇ ਪਿੰਡ ਤੋਂ ਪੰਜਾਬ ਦੇ ਵਿੱਚ ਮਿਹਨਤ ਕਰਨ ਆਇਆ ਕਿਰਤ ਕਰਨ ਆਇਆ ਕੰਮ ਕਰਦਾ ਇੱਥੇ ਉਹਦੇ ਕੋਲ ਹੈ ਨਹੀਂ ਗੱਡੀ ਉਦੇ ਕੋਲੇ ਹੈ ਨਹੀਂ ਆਪਣਾ ਸਾਧਨ ਉਹ ਤਾਂ ਆਉਂਦਾ ਹੀ ਬਸਤੀ ਸੀ ਤੇ ਬਸ ਜਾਂਦੀ ਹੀ ਨਹੀਂ ਉਧਰ ਨੂੰ ਜਦੋਂ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਕੋਈ ਬੰਦਾ ਪੰਜਾਬ ਦਾ ਉਧਰ ਕੰਮ ਕਰਦਾ ਥੋੜੀ ਤਨਖਾਹ ਆ ਨਿਆਣਿਆਂ ਦਾ ਢਿੱਡ ਭਰਨ ਦੇ ਲਈ ਅਗਲਾ ਬੰਦਾ ਉਧਰਲੇ ਪਾਸੇ ਗਿਆ ਹੈ ਨਹੀਂ ਬੱਸਾਂ ਚੱਲਦੀਆਂ ਕਿਉਂਕਿ ਹਰ ਇੱਕ ਦੇ ਕੋਲੇ ਸਾਧਨ ਨਹੀਂ ਉਹਨਾਂ ਲੋਕਾਂ ਦੀ ਤੰਗੀ ਹੈ ਉਹਨਾਂ ਦੀ ਤੰਗੀ ਸਰਕਾਰ ਵੀ ਕੋਸ਼ਿਸ਼ ਕਰੇ ਅਸੀਂ ਛੇਤੀ ਦੂਰ ਕਰਨੀ ਹੈ ਤੇ ਕਿਸਾਨ ਤੇ ਰਾਂ ਵੀ ਕੋਸ਼ਿਸ਼ ਕਰਨ ਕਿ ਅਸੀਂ ਉਹ ਤੰਗੀ ਛੇਤੀ ਦੂਰ ਕਰਨੀ ਹੈ ਕਿਉਂਕਿ ਜੇ ਉਹ ਬੰਦੇ ਤੰਗ ਰਹਿਣਗੇ ਨਾ ਤਾਂ ਫਿਰ ਓਖਾ ਹੋ ਜੂ ਸੋ ਅੱਜ ਦੀ ਮੀਟਿੰਗ ਜਿਹੜੀ ਹੈ ਉਸ ਮੀਟਿੰਗ ਦੇ ਵਿੱਚ ਭਾਵੇਂ ਕੇਂਦਰ ਸਰਕਾਰ ਦੇ ਮੰਤਰੀ ਪਿਊਸ਼ ਗੋਇਲ ਸਾਹਿਬ ਅਰਜਨ ਮੁੰਡਿਆ ਮੁੰਡਾ ਸਾਹਿਬ ਨਿਤਿਆਨੰਦ ਰਾਇ ਸਾਹਿਬ ਉਹ ਬੈਠਦੇ ਆ ਜਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਬੈਠਦੇ ਆ ਜਾਂ ਸਾਡੇ ਕਿਸਾਨ ਧਿਰਾਂ ਦੇ ਜਿਹੜੇ ਸਤਕਾਰਤ ਲੀਡਰ ਨੇ ਉਹ ਜਾ ਕੇ ਬੈਠਦੇ ਆ ਅਸੀਂ ਕਹਿੰਨੇ ਆ ਕਿ ਤੁਸੀਂ ਤਿੰਨੋਂ ਹੀ ਤਰ੍ਹਾਂ ਇਹ ਸੋਚ ਕੇ ਨਾ ਬੈਠੇ ਹੋ ਕੇ ਪਾਈ ਅਸੀਂ ਆਪਣੀ ਧੌਣ ਨੀਵੀਂ ਨਹੀਂ ਹੁਣ ਦੇਣੀ ਅਸੀਂ ਐ ਕਰਤਾ ਤਾਂ ਸਾਨੂੰ ਕੋਈ ਕੀ ਕਹੂਗਾ ਨਹੀਂ ਤੁਸੀਂ ਇਹ ਸੋਚਿਓ ਕਿ ਤੁਹਾਡੀ ਇੰਡਸਟਰੀ ਤੁਹਾਡੇ ਕਿਸਾਨ ਤੁਹਾਡੇ ਖੇਤ ਮਜ਼ਦੂਰ ਤੁਹਾਡੇ ਆਰਥਿਕ ਤੌਰ ਤੇ ਕਮਜ਼ੋਰ ਲੋਕ ਜਿਨ੍ਹਾਂ ਦੇ ਕੋਲੇ ਆਪਣਾ ਸਾਧਨ ਨਹੀਂ ਉਹਨਾਂ ਦਾ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕਿੰਨਾ ਕੁ ਨੁਕਸਾਨ ਹੋ ਰਿਹਾ ਸੋ ਇਹ ਇਹ ਗੱਲ ਤੁਹਾਡੀ ਠੀਕ ਹੈ ਵਾਟਸਐਪ ਕਿਉਂਕਿ ਇਸ ਚੀਜ਼ ਦੀ ਨਾ ਹੁਣ ਹੌਲੀ ਹੌਲੀ ਚਰਚਾ ਚੱਲਣ ਲੱਗ ਪਈ ਮੇਰਾ ਖਿਆਲ ਕੁਝ ਇੱਕ ਵੀਡੀਓਜ਼ ਸ਼ਾਇਦ ਤੁਸੀਂ ਵੀ ਦੇਖੀਆਂ ਹੋਣ ਜਿਹਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਜਦੋਂ ਆਮ ਮੀਡੀਆ ਕਰਮੀ ਗੱਲ ਕਰਦੇ ਨੇ ਤੇ ਉਹ ਕਿਦਨੇ ਕਿਤੇ ਇਸ ਚੀਜ਼ ਦੀ ਤਲਖੀ ਵੀ ਮਨਾਉਂਦੇ ਆ ਉਹਦੇ ਵਿੱਚ ਤਲਖੀ ਬਹੁਤਾ ਕਰਕੇ ਇਸ ਕਰਕੇ ਆ ਕਿਉਂਕਿ ਜਿਹੜੇ ਬੰਦੇ ਦੀ ਅਰਜੈਂਸੀ ਹੈ ਅਰਜੈਂਸੀ ਤੋਂ ਭਾਵ ਹੋ ਗਿਆ ਕਿ ਮੰਨ ਲਓ ਕਿਸੇ ਨੇ ਕਿਤੇ ਜਾਣਾ ਆ ਕਿਸੇ ਦਾ ਕੋਈ ਪੇਪਰ ਆ ਐਗਜ਼ਾਮ ਆ ਜਾਂ ਕਿਸੇ ਨੇ ਕੋਈ ਫਲਾਈਟ ਫੜਨੀ ਆ ਜਾਂ ਕਿਸੇ ਦੀ ਕੋਈ ਇੰਟਰਵਿਊ ਆ ਜਾਂ ਸਭ ਤੋਂ ਵੱਡੀ ਗੱਲ ਭੀ ਜੇ ਕੋਈ ਬਿਮਾਰ ਸ਼ਮਾਰ ਆ ਤੇ ਉਹ ਬਿਮਾਰੀ ਠਮਾਰੀ ਦੇ ਵਿੱਚ ਉਹਨੂੰ ਹੁੰਦਾ ਭੀ ਅੱਗੇ ਵੀਰ ਮੇਰਿਆ ਆਵੇ ਕੋਈ ਨਾ ਤੇ ਜਦੋਂ ਉਹਨੂੰ ਰਾਸਤੇ ਦੇ ਵਿੱਚ ਟ੍ਰੈਫਿਕ ਦੇ ਵਿੱਚ ਫਸਣਾ ਪੈਂਦਾ ਤੇ ਉਹ ਲੋਕ ਹੁਣ ਇਹ ਸਾਰੇ ਕੁਝ ਤੋਂ ਇਰੀਟੇਟ ਹੁੰਦੇ ਆ ਹੋ ਸਕਦਾ ਕਿਸੇ ਨੂੰ ਲੱਗੇ ਵੀ ਯਾਰ ਅੱਛਾ ਹੁਣ ਜੇ ਇਦਾਂ ਦਾ ਮਾਹੌਲ ਬਣ ਰਿਹਾ ਤੇ ਕੱਲ ਨੂੰ ਲੋਕਾਂ ਨੇ ਦਿਵਾਲੇ ਹੋ ਜਣਾ ਕਿਸਾਨਾਂ ਦੇ ਇਹ ਤੇ ਫਿਰ ਇੱਥੇ ਹੀ ਘਰੇ ਰੌਲਾ ਰੱਪਾ ਪੈ ਜਾਣਾ ਚੰਗੀ ਗੱਲ ਐ ਫਿਰ ਇੱਥੇ ਹੀ ਸਿਆਪਾ ਨਿਬੜ ਜੂਗਾ ਇਹਨਾਂ ਨੇ ਰੋਈ ਦਾ ਪਖੰਡ ਫੜਿਆ ਇਹ ਇੱਕ ਐਂਗਲ ਹੋ ਸਕਦਾ ਪਰ ਇੱਥੇ ਮੈਂ ਬੇਨਤੀ ਕਰਾਂ ਕਿ ਜਦੋਂ ਆਪਾਂ ਕਿਸਾਨ ਸ਼ਬਦ ਦੀ ਗੱਲ ਕਰਦੇ ਆਂ ਜਾਂ ਕਿਸਾਨ ਜਥੇਬੰਦੀਆਂ ਦੀ ਗੱਲ ਕਰਦੇ ਆਂ ਤੇ ਉਹਨਾਂ ਦਾ ਕੋਈ ਐਸਾ ਵੱਖਰਾ ਕੰਮਕਾਰ ਕਾਰੋਬਾਰ ਨਹੀਂ ਹੈਗਾ ਵੀ ਜਿਹਦੇ ਨਾਲ ਆਪਣਾ ਸਿੱਧਾ ਵਾਹ ਵਾਸਤਾ ਨਹੀਂ ਉਹ ਕੰਮ ਕਰਦੇ ਨੇ ਜਿਹਦਾ ਵਾਹ ਵਾਸਤਾ ਆਪਣੇ ਨਾਲ ਸਵੇਰੇ ਸ਼ਾਮ ਤਿੰਨੇ ਟਾਈਮ ਤੇ ਉਹ ਵੀ ਜੰਮਦੇ ਨਿਆਣੇ ਦੇ ਮੂੰਹ ਚ ਪੈਣ ਵਾਲੇ ਦੁੱਧ ਤੋਂ ਲੈ ਕੇ ਤੇ ਜੇ ਬਜ਼ੁਰਗ ਜਿਹੜਾ ਉਹਨੂੰ ਆਂਦੇ ਪਪੋਲ ਪਪੋਲ ਕੇ ਤੇ ਰੋਟੀ ਥੋੜੀ ਜਿਹੀ ਨਾਲ ਜੀ ਦਾਲ ਚ ਭੇਂ ਕੇ ਪਿਆਉ ਜਾਂ ਫਿਰ ਦਾਲ ਚ ਭੇਂ ਕੇ ਤੇ ਥੋੜੀ ਥੋੜੀ ਚਮਚੀਆਂ ਦੇ ਨਾਲ ਉਹਨੂੰ ਖਵਾਉ ਉਥੋਂ ਤੱਕ ਜਾਂਦੀ ਹੈ ਕਹਾਣੀ ਸੋ ਉਸ ਚੀਜ਼ ਨੂੰ ਪੈਦਾ ਕਰਨ ਵਾਲੀਆਂ ਧਿਰਾਂ ਜਿਹੜੀਆਂ ਨੇ ਜੇ ਉਹ ਪਹਿਲਾਂ ਕਹਿੰਦੇ ਵੀ ਅਸੀਂ ਧਰਨੇ ਪ੍ਰਦਰਸ਼ਨ ਕਰ ਲਏ ਸਾਨੂੰ ਕੁਝ ਨਹੀਂ ਲੱਭਿਆ ਫਿਰ ਦੋ ਤਿੰਨ ਸਾਲ ਉਹ ਸਾਡੇ ਨਾਲ ਗੱਲ ਹੀ ਕਿਸੇ ਨੇ ਨਹੀਂ ਕੀਤੀ ਤੇ ਹੁਣ ਦੁਬਾਰਾ ਜਿਹੜਾ ਉਹ ਫਿਰ ਉਸੇ ਚੀਜ਼ ਦੇ ਉੱਪਰ ਆ ਕੇ ਖੜ ਗਏ ਨੇ ਤੁਹਾਨੂੰ ਲੱਗਦਾ ਯਾਰ ਪਹਿਲੇ ਪ੍ਰਦਰਸ਼ਨ ਦਾ ਸਾਨੂੰ ਫਾਇਦਾ ਕੀ ਹੋਇਆ ਉਹ ਤਾਂ ਇੱਕ ਤਿੰਨ ਖੇਤੀ ਕਾਨੂੰਨ ਸੀਗੇ ਜਿਹੜੇ ਕਿ ਦੁਬਾਰਾ ਆਏ ਉਹ ਆਏ ਤੇ ਉਹ ਕਹਿੰਦੇ ਇਹ ਵਾਪਸ ਲੈ ਲਈ ਤੇ ਇਹ ਤਾਂ ਮੰਗਾਂ ਦਾ ਤੁਹਾਡੀਆਂ ਮੰਨ ਲੀਆਂ ਸੀ ਹੁਣ ਤੁਸੀਂ ਦੁਬਾਰਾ ਕੈਂਪ ਪ੍ਰਦਰਸ਼ਨ ਕਰ ਦਿਓ ਬੰਦਾ ਪੁੱਛਿਓ ਖੇਤੀ ਕਾਨੂੰਨ ਤਾਂ ਪਹਿਲਾਂ ਹੈ ਹੀ ਨਹੀਂ ਸੀ ਮੰਗਾ ਤਾਂ ਸ਼ੁਰੂ ਤੋਂ ਹੀ ਇਹ ਸੀ ਨਾ ਵੀ ਯਾਰ ਕਿਸਾਨ ਜਿਹੜਾ ਉਹਦੀ ਆਮਦਨ ਦਾ ਕੁਛ ਨਾ ਕੁਛ ਕਰਨਾ ਪਊਗਾ ਕਿਸਾਨ ਜਿਹੜਾ ਹੈ ਉਹਨੂੰ ਐਮਐਸਪੀ ਨਹੀਂ ਮਿਲਦੀ ਕਿਸਾਨ ਸਰ ਕਰਜ਼ਾ ਚੜਦਾ ਕਰਜ਼ਾ ਮਾਫੀ ਕਿਉਂ ਨਹੀਂ ਹੁੰਦੀ ਅਜੇ ਕਰਜ਼ੇ ਮਾਫੀ ਦੀ ਆਪਾਂ ਗੱਲ ਕਰ ਲਈ ਕਿਸੇ ਵੇਲੇ ਇਹ ਵੀ ਚਰਚਾ ਚੱਲਦੀ ਹੈ ਜੀ ਵੀ ਇਹਨਾਂ ਰਾਜਨੀਤੀ ਕਰਦੇ ਨੇ ਹੁਣ ਜਦੋਂ ਇੱਕ ਦੋ ਸ਼ਾਇਦ ਤੁਸੀਂ ਬਿਆਨ ਸੁਣੇ ਹੋਣਗੇ ਵੀ ਉਹ ਕਹਿੰਦੇ ਦੇਖਿਆ ਹੁਣ ਇਹ ਪੋਲਿਟਿਕਲ ਲੀਡਰਾਂ ਵਾਲੇ ਪਾਸੇ ਨੂੰ ਹੋ ਗਏ ਜੀ ਕੈਪਟਨ ਮਨਿੰਦਰ ਸਿੰਘ ਤੇ ਆਪਣਾ ਜਾਂ ਕਹਿ ਲੋ ਜਾਖੜ ਸਾਹਾ ਦਾ ਘਰ ਕੇ ਰੰਦੀ ਗੱਲ ਚੱਲਦੀ ਜੀ ਉਹ ਕਿਹੜਾ ਹੁਣ ਰਾਜਨੀਤੀ ਜੀ ਨੇ ਹੁਣ ਸਵਾਲ ਇਹ ਆ ਵੀ ਕੈਪਟਨ ਪੰਜਾਬ ਦੇ ਵਿੱਚ ਮੁੱਖ ਮੰਤਰੀ ਸੀ ਕਿ ਉਦੋਂ ਭਾਵੇਂ ਕਾਂਗਰਸ ਪਾਰਟੀ ਵੱਲੋਂ ਸੀ ਤੇ ਜਿੱਦਣ ਮੇਰਾ خیال ਉਹਨਾਂ ਨੇ ਉਹ ਸ਼ੁਰੂ ਕੀਤਾ ਸੀ ਆਪਣਾ ਪ੍ਰਚਾਰ ਮੈਂ ਗੱਲ ਕਰ ਰਿਹਾ ਉਸ ਤੋਂ ਪਿਛਲੀਆਂ ਇਲੈਕਸ਼ਨਾਂ ਦੀ ਉਸ ਦਿਨ ਕਰਜ਼ਾ ਮਾਫੀ ਦੀ ਗੱਲ ਚੱਲੀ ਸੀ ਪੰਜਾਬ ਦੇ ਵਿੱਚ ਪਿੰਡਾਂ ਥਾਵਾਂ ਤੇ ਜਾ ਕੇ ਲੋਕਾਂ ਕੋਲੋਂ ਫਾਰਮ ਭਰائے ਸੀ ਕਿ ਕਰਜ਼ਾ ਤੁਹਾਡਾ ਮਾਫ ਕਰ ਦਾਂਗੇ ਉਹ ਕਿੰਨੇ ਦਿਮਾਗ ਦੇ ਵਿੱਚ ਗੱਲ ਪਾਈ ਸੀ ਵੀ ਕਰਜ਼ਾ ਵੀ ਮਾਫ ਕੀਤਾ ਜਾ ਸਕਦਾ ਉਸ ਤੋਂ ਬਾਅਦ ਡਿਬੇਟਾਂ ਚੱਲੀਆਂ ਸੀ ਵੀ ਹਾਂ ਯਾਰ ਕਾਰਪੋਰੇਟ ਹਾਊਸਿਸ ਜਿਹੜੇ ਨੇ ਉਹਨਾਂ ਦਾ ਕਰਜ਼ਾ ਮਾਫ ਹੋ ਸਕਦਾ ਹੁਣ ਹੁਣ ਮੈਂ ਵੇਖਿਆ ਸੋਸ਼ਲ ਮੀਡੀਆ ਤੇ ਇੱਕ ਡਿਫਰੈਂਟ ਡਿਬੇਟ ਚੱਲਦੀ ਦੇਖੋ ਜੀ ਕਾਰਪੋਰੇਟ ਹਾਊਸਿਸ ਜਾਂ ਕਹੋ ਇੰਡਸਟਰੀਜ਼ ਜਿਹੜੇ ਨੇ ਉਹਦਾ ਕਨਾ-ਕਨਾ ਟੈਕਸ ਦਿੰਦੇ ਨੇ ਸਰਕਾਰ ਨੂੰ ਪਤਾ ਜੇ ਤੂੰ ਸਾਨੂੰ ਫਾਇਦਾ ਹੋਣਾ ਤੇ ਇੰਨਾ ਸੀ ਇਹਨਾਂ ਦਿਆਂ ਤੋਂ ਲੈ ਵੀ ਲਿਆ ਜੇ ਥੋੜਾ ਬਹੁਤ ਮਾਫ ਵੀ ਕਰਤਾ ਤੇ ਕੀ ਫਰਕ ਪੈਂਦਾ ਕਿਸਾਨ ਘੜਾ ਕੋ ਟੈਕਸ ਦਿੰਦਾ ਯਾਰ ਕਮਾਲ ਹੋ ਗਈ ਪੈਸਾ ਹੀ ਸਾਰਾ ਕੁਝ ਹੋ ਗਿਆ ਇਹਦਾ ਮਤਲਬ ਇਹ ਹੋ ਗਿਆ ਵੀ ਕਿਸਾਨ ਜਿਹੜੀ ਚੀਜ਼ ਦਿੰਦਾ ਮੰਨ ਲਓ ਵੀ ਤੁਸੀਂ ਅਨਾਜ ਦੀ ਗੱਲ ਕਰਦੇ ਹੋ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਗੱਲ ਕਰਦੇ ਹੋ ਉਹ ਆਪਾਂ ਬੰਦ ਕਰ ਦਨੇ 10 ਦਿਨ ਵੀ ਹਾਂ ਰੋਟੀ ਕਿਸੇ ਨੂੰ ਮਿਲਣੀ ਨਹੀਂ ਪਾਣੀ ਕਿਸੇ ਨੂੰ ਮਿਲਣਾ ਨਹੀਂ ਦੁੱਧ ਕਿਸੇ ਨੂੰ ਮਿਲਣਾ ਨਹੀਂ ਤੇ ਫਿਰ ਆਪੇ ਪਤਾ ਲੱਗ ਜੂ ਕਿ ਜਿਹੜੀ ਚੀਜ਼ ਉਹ ਪੈਦਾ ਕਰਦਾ ਉਹਦਾ ਕੀ ਮੁੱਲ ਹੈ ਸੋ ਜੇ ਤੇ ਮੁੱਲ ਲੱਗਦਾ ਹੁੰਦਾ ਕਿਸੇ ਨੇ ਡਿਵੀਡ ਦੇ ਵਿੱਚ ਪੈਣਾ ਤੇ ਫਿਰ ਤੇ ਸੜ ਆਉਣ ਵਾਲੀਆਂ ਗੱਲਾਂ ਨੇ ਜਨਾਂ ਚ ਕੋ ਮਰਜੀ ਢਾਈ ਜਾਵੇ ਤੇ ਜੇ ਅੱਜ ਆਪਾਂ ਆਸ ਕਰੀਏ ਵੀ ਇਹਦਾ ਕੋਈ ਨਾ ਕੋਈ ਹੱਲ ਹੋ ਜੇ ਤੇ ਉਹ ਜ਼ਿਆਦਾ ਵਧੀਆ ਨਹੀਂ ਪੇਤਲੀ ਪੱ ਕੁਝ ਕਿਸਾਨ ਧਿਰਾਂ ਚ ਵੀ ਕੁਝ ਰਾਜਨੀਤਿਕ ਪੱਖ ਤੋਂ ਤੇ ਮੀਡੀਆ ਦੇ ਪੱਖ ਤੋਂ ਵੀ ਕਿਉਂਕਿ ਡੂੰਘਾਈ ਵਾਲੀ ਗੱਲ ਨੂੰ ਫੜਨ ਦੀ ਜਗ੍ਹਾ ਦੇ ਉੱਤੇ ਉੱਪਰਲੀ ਉੱਪਰਲੀ ਗੱਲ ਨੂੰ ਮਾਂਜਿਆ ਜਾ ਰਿਹਾ ਹੈ। ਹੇਠ ਨਹੀਂ ਪੱਧਰ ਦੇ ਉੱਤੇ ਕਿਉਂਕਿ ਕਿਸਾਨਾਂ ਦੇ ਵਿੱਚ ਵੀ ਕਿਲਾਸਾ ਨੇ ਨਾ। ਇੱਕ ਇੱਕ ਕਿਸਾਨ 1 ਕਿੱਲੇ ਵਾਲਾ, ਇੱਕ ਕਿਸਾਨ 15 ਕਿੱਲੇ ਵਾਲਾ, ਇੱਕ ਕਿਸਾਨ 150 ਕਿੱਲੇ ਵਾਲਾ, ਇੱਕ 500 ਕਿੱਲੇ ਵਾਲਾ। ਉਹਨਾਂ ਸਾਰਿਆਂ ਨੂੰ ਵੀ ਦੇਖਣ ਦੀ ਕਿਤੇ ਨਾ ਕਿਤੇ ਲੋੜ ਹੈ ਕਿ ਭਾਈ ਕਿਹੜਾ ਬੰਦਾ ਕਿੱਥੇ ਜਾ ਕੇ ਖਲੋਤਾ। ਹੁਣ ਕਰਜ਼ਾ ਮਾਫੀ ਹੈ। ਜਿਹੜੇ ਤਾਂ ਕਿਸਾਨ 2 ਏਕੜ ਵਾਲੇ ਆ, 4 ਏਕੜ ਵਾਲੇ ਆ। ਉਹਨਾਂ ਦੀ ਕਰਜ਼ਾ ਮਾਫੀ ਕਿਉਂ ਉਹਨਾਂ ਨੂੰ ਵੱਤ-ਵੱਤ ਸਬਸਿਡੀ ਕਿਉਂ ਨਹੀਂ ਮਿਲਣੀ ਚਾਹੀਦੀ ਤਾਂ ਜਿਹੜਾ ਬੰਦਾ 100 ਏਕੜ ਦਾ ਮਾਲਕ ਹੈ ਉਹਨੂੰ ਭਾਵੇਂ ਕੱਖ ਬਿਨਾਂ ਦਿਓ ਉਹਨੂੰ ਕੋਈ ਵੀ ਸਹੂਲਤ ਭਾਵੇਂ ਨਾ ਦਿਓ ਕਿਉਂਕਿ ਉਹ ਤਾਂ ਸਰਮਾਇਦਾਰ ਬੰਦਾ ਉਹਨੇ ਨਾਲ ਤਾਂ ਕੁਛ ਨਾ ਕੁਛ ਹੋਰ ਵੀ ਰੱਖਿਆ ਹੋਣਾ ਹੁਣ ਜਿਹਦੇ ਘਰ ਦੇ ਵਿੱਚ ਬਹੁਤ ਮਹਿੰਗੀ 40-50 ਲੱਖ ਰੁਪਏ ਦੀ ਗੱਡੀ ਖੜੀ ਹੈ ਉਹਨੂੰ ਮੈਨੂੰ ਨਹੀਂ ਲੱਗਦਾ ਕਿ ਜਦੋਂ ਤੁਸੀਂ ਕਰਜ਼ਾ ਮਾਫੀ ਸ਼ਬਦ ਵਰਤੇ ਅਸੀਂ ਕਿ ਉਹਨੂੰ ਕਰਜ਼ਾ ਮਾਫੀ ਦੀ ਕਿਸੇ ਤਰ੍ਹਾਂ ਦੀ ਲੋੜ ਹੈ ਆ ਜਿਹੜਾ ਸਾਡੇ ਰਾਜਨੀਤਿਕ ਲੀਡਰਾਂ ਨੇ ਇਹ ਕੰਮ ਸ਼ੁਰੂ ਕਰ ਲਿਆ ਨਾ 1000 ਰੁਪਏ ਸਾਰਿਆਂ ਨੂੰ ਹੀ ਦੇਣਾ ਕਰਜ਼ਾ ਮਾਫੀ ਸ ਮੈਂ ਤਾਂ ਕਿਸਾਨ ਤੇਨਾਂ ਨੂੰ ਵੀ ਕਹਿਣਾ ਕਿ ਠੀਕ ਹੈ ਤੁਸੀਂ ਸਾਰਿਆਂ ਨਾਲ ਜੋੜਨਾ ਹੁੰਦਾ ਪਰ ਇਹਦਾ ਕਿਉਂ ਨਹੀਂ ਕਹਿੰਦੇ ਕਿ ਜਿਹੜਾ ਜਿਹੜਾ ਲੋੜਵੰਦ ਹੈ ਜਿਹੜਾ ਛੋਟਾ ਕਿਸਾਨ ਹੈ ਅਸੀਂ ਉਹਦੇ ਲਈ ਕਰਜ਼ਾ ਮਾਫੀ ਮੰਗਦੇ ਹਾਂ ਹੁਣ ਜਿਹੜੇ ਬੰਦੇ ਦੇ ਕੋਲੇ ਖੇਤੀਬਾੜੀ ਵੀ ਹੈ ਨਾਲ ਹੋਰ ਸਹਾਇਕ ਧੰਦੇ ਉਹਨੇ ਬਥੇਰੇ ਕੀਤੇ ਆ ਚਾਰ ਪੈਸੇ ਉਹਨੂੰ ਆਉਂਦੇ ਆ ਦੋ ਚਾਰ ਜਿਹੜੇ ਪਰਿਵਾਰ ਦੇ ਜੀ ਵਿਦੇਸ਼ ਤੇ ਵਿੱਚ ਵੀ ਗਏ ਆ ਉਹਨੂੰ ਕਿਹਦੀ ਸਹੂਲਤ ਦੀ ਲੋੜ ਐ ਬਈ ਉਹਨੂੰ ਸਰਕਾਰ ਤੋਂ ਸਹੂਲਤ ਕਿਉਂ ਮਿਲੇ ਜਿਹੜੇ ਘਰ ਦੇ ਵਿੱਚ ਕੋਈ ਬੰਦਾ ਸਰਕਾਰੀ ਨੌਕਰੀ ਕਰਦਾ ਮੈਂ ਇਹ ਸਾਰੀਆਂ ਗੱਲਾਂ ਤਾਂ ਕਹਿਣਾ ਕਿ ਉੱਥੇ ਜਾ ਕੇ ਜਦੋਂ ਆਪਣੀ ਗੱਲ ਆਪ ਰੱਖਣੀ ਆ ਤਾਂ ਉਹ ਉਹਦੇ ਵਿੱਚ ਤੱਥ ਹੋਣ ਹੁਣ ਮਜ਼ਦੂਰਾਂ ਦੀ ਗੱਲ ਕਿੰਨੀ ਕੀਤੀ ਜਾਂਦੀ ਹੈ ਕਿਤੇ ਮਜ਼ਦੂਰ ਤੇ ਨਾ ਨਾਲ ਖੜ ਹੁੰਦੀਆਂ ਮਜ਼ਦੂਰਾਂ ਦੀ ਜਿਹੜੀ ਇਹ ਮੋਰਚੇ ਦੀ ਗੱਲ ਨਾਲ ਕੀਤੀ ਜਾਂਦੀ ਹੈ ਤਾਂ ਮਜ਼ਦੂਰਾਂ ਦੀ ਗੱਲ ਨੂੰ ਸਭ ਤੋਂ ਮੋਹਰੇ ਲਿਆ ਕੇ ਰੱਖਣਾ ਚਾਹੀਦਾ ਉਹ ਤਾਂ ਕਿਸਾਨਾਂ ਨਾਲੋਂ ਵੀ ਥੱਲੇ ਲੱਗੇ ਹੋਏ ਆ ਬਿਲਕੁਲ ਸਹੀ ਗੱਲ ਸੋ ਮੈਨੂੰ ਲੱਗਦਾ ਹੁੰਦਾ ਵੀ ਇਹ ਇੱਕ ਡਿਬੇਟ ਦਾ ਵਿਸ਼ਾ ਹੈ ਤੇ ਇਸ ਡਿਬੇਟ ਦੇ ਵਿਸ਼ੇ ਨੂੰ ਜਿੰਨੀ ਸਿਆਣਪ ਦੇ ਨਾਲ ਨਜਿੱਠਿਆ ਜਾਊਗਾ ਓਨਾ ਵਧੀਆ ਤੇ ਸਭ ਤੋਂ ਵੱਡੀ ਗੱਲ ਇਹ ਮੈਨੂੰ ਲੱਗਦਾ ਵੀ ਸਿਆਣਪ ਦੇ ਲਈ ਮੋਟਿਵ ਇੱਕ ਰੱਖਿਆ ਜਾਵੇ ਸਾਹਮਣੇ ਕਿ ਯਾਰ ਇੱਕ ਦੇਸ਼ ਆ ਇੱਕ ਦੇਸ਼ ਦੇ ਵਿੱਚ ਰਹਿਣ ਵਾਲੇ ਵਸਿੰਦੇ ਨੇ ਤੇ ਕੀ ਉਹ ਵ ਈਮਾਨਦਾਰੀ ਦੇ ਨਾਲ ਮਿਹਨਤ ਕਰਦੇ ਨੇ ਜੇ ਉਹ ਈਮਾਨਦਾਰੀ ਦੇ ਨਾਲ ਮਿਹਨਤ ਕਰਦੇ ਨੇ ਤੇ ਉਹਨਾਂ ਨੂੰ ਉਹਨਾਂ ਦਾ ਮਿਹਨਤਾਨਾ ਉਹਨਾਂ ਨੂੰ ਉਹਨਾਂ ਦਾ ਪਰਿਵਾਰ ਪਾਲਣ ਦੇ ਲਈ ਜੋ ਵੀ ਬਣਦਾ ਮਾਣ ਸਨਮਾਨ ਆ ਉਹ ਚਾਹੇ ਕਿਸੇ ਵੀ ਤਰ੍ਹਾਂ ਕਿਉਂਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਜੇ ਤਾਂ ਉਹਨਾਂ ਤੱਕ ਪਹੁੰਚਦਾ ਫਿਰ ਤਾਂ ਜੀ ਸਦਕੇ ਚੱਲੇ ਤੇ ਜੇ ਜ ਆਪ ਦਾ ਵੀ ਕਿਤੇ ਨਾ ਕਿਤੇ ਚੋਰ ਮੋਰੀਆਂ ਨੇ ਸਰਕਾਰ ਉਹਨਾਂ ਨੂੰ ਬੰਦ ਕਰ ਦੇਵੇ ਆਪੇ ਉਹ ਧਰਨੇ ਪ੍ਰਦਰਸ਼ਨ ਕਰਨੋਂ ਹਟ ਜਾਣਗੇ ਗੱਲਬਾਤ ਜਿਹੜੀ ਚੱਲਦੀ ਪਈ ਆ ਕੋਲ ਮਲਾ ਕੇ ਕਿਸਾਨ ਪ੍ਰਦਰਸ਼ਨ ਤੇ ਆ ਤੇ ਕਿਸਾਨਾਂ ਦਾ ਇਹ ਪ੍ਰਦਰਸ਼ਨ ਚਾਹੇ ਇਸ ਵਕਤ ਪੰਜਾਬ ਤੇ ਹਰਿਆਣਾ ਦੀ ਹੱਦ ਸਰਹੱਦ ਤੇ ਹੋਵੇ ਜਾਂ ਫਿਰ ਇਹ ਜੇ ਆਪਾਂ ਮੀਡੀ ਲਵੀੜ ਦਾ ਹਿੱਸਾ ਪਾਤ ਸਾਹਿਬ ਇੱਕ ਗੱਲ ਇਹ ਵੀ ਆ ਕਿ ਵੀ ਇਹਦੇ ਵਿੱਚ ਹੁਣ ਜਿਹੜੀਆਂ ਕਿਸਾਨ ਪੰਚਾਇਤਾਂ ਜਾਂ ਮਹਾ ਪੰਚਾਇਤਾਂ ਜਿਹੜੀਆਂ ਇਸ ਤੋਂ ਪਹਿਲਾਂ ਵੀ ਹੁੰਦੀਆਂ ਸੀ ਉਹ ਵੀ ਹੁਣ ਹੋਣ ਲੱਗ ਪਈਆਂ ਉਹਦੇ ਵਿੱਚ ਵੀ ਵੱਖ-ਵੱਖ ਜਿਹੜੇ ਪੰਜਾਬੋਂ ਬਾਹਰਲੇ ਲੀਡਰ ਨੇ ਕਿਸਾਨ ਲੀਡਰ ਨੇ ਜਾਂ ਜਿਹੜੀਆਂ ਕਿਸਾਨ ਤੇ ਰਾ ਨੇ ਉਹ ਵੀ ਹੁਣ ਇਹ ਸਾਰੇ ਕੁਝ ਦੀ ਹਮਾਇਤ ਕਰਨ ਲੱਗ ਪਿਆ ਕਿ ਦੇਖੋ ਜੀ ਇਹ ਨੂੰ ਕੋਈ ਇਹ ਨਾ ਸਮਝੇ ਵੀ ਇਹ ਇੱਕ ਧਿਰ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਆ ਅਸਲ ਦੇ ਵਿੱਚ ਐਸ ਕੇਐਮ ਦੇ ਵਿੱਚੋਂ ਨਿਕਲੀਆਂ ਸਾਰੀਆਂ ਚੀਜ਼ਾਂ ਨੇ ਤੇ ਮੰਗਾਂ ਸੇਮ ਹੀ ਨੇ ਤੇ ਮੰਗਾਂ ਵਿੱਚ ਉਹ ਕੋਈ ਵੱਖਰੀਆਂ ਨਵੀਆਂ ਨਹੀਂ ਹੈਗੀਆਂ ਮੰਗਾਂ ਸਗੋਂ ਉਹ ਨੇ ਜਿਹੜੀਆਂ ਉਦੋਂ ਸਾਲ ਸਵਾ ਸਾਲ ਦੇ ਖੇਤੀ ਅੰਦੋਲਨ ਤੋਂ ਬਾਅਦ ਸਰਕਾਰ ਨੇ ਬਹਿ ਕੇ ਕਿਹਾ ਸੀ ਵੀ ਆਪਾਂ ਇਹ ਸਾਰੇ ਕੁਝ ਦੇ ਉੱਪਰ ਤੁਹਾਨੂੰ ਕੁਝ ਨਾ ਕੁਝ ਚਰ ਦੇ ਵਿੱਚ ਹੱਲ ਕਰਕੇ ਦਿੰਨੇ ਆ ਤੇ ਉਹ ਹੱਲ ਤੇ ਕੀ ਕਰਨਾ ਸੀ ਉਦੋਂ ਬਾਅਦ ਕਿਸੇ ਨੇ ਨਾ ਹੀ ਨਹੀਂ ਲਿਆ ਸਾਰੇ ਕੁਝ ਤਾਂ ਦੇਖੋ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸੰਧਾਲੀਆ ਸਾਹਿਬ ਪਰ ਇੱਕ ਗੱਲ ਤਾਂ ਜਿਹੜੀ ਹੈ ਉਹ ਸਮਝਣੀ ਪਊਗੀ ਨਾ ਕਿ ਅੰਦੋਲਨ ਕਰਨੇ ਸੌਖੇ ਨਹੀਂ ਜਥੇਬੰਦੀਆਂ ਚਲਾਉਣੀਆਂ ਜੂਨੀਅਰਾਂ ਚਲਾਉਣੀਆਂ ਲੋਕਾਂ ਨੂੰ ਮੋਟੀਵੇਟ ਕਰਨਾ ਲੋਕਾਂ ਦਾ ਯਕੀਨ ਤੇ ਵਿਸ਼ਵਾਸ ਹਾਸਲ ਕਰਨਾ ਸੌਖਾ ਨਹੀਂ ਹਜ਼ਾਰਾਂ ਬੰਦੇ ਜਾ ਕੇ ਬਾਰਡਰਾਂ ਤੇ ਬੈਠੇ ਆ ਕਿਸੇ ਸਿਆਸੀ ਪਾਰਟੀ ਨੂੰ ਪੁੱਛ ਕੇ ਦੇਖੋ ਕਿ ਤੁਹਾਡੀ ਇੱਕ ਵਾਰ ਸਪੀਕਰ ਤੇ ਕੀਤੀ ਗਈ ਅਨਾਉਂਸਮੈਂਟ ਦੇ ਨਾਲ ਲੋਕ ਆਉਂਦੇ ਆ ਤੁਹਾਨੂੰ ਲਿਲੜੀਆਂ ਕਰਨੀਆਂ ਪੈਂਦੀਆਂ ਲੋਕਾਂ ਦੇ ਅੱਗੇ ਆ ਕੇ ਇਹਦਾ ਮਤਲਬ ਹੈ ਕਿ ਕਿਸਾਨ ਆਗੂਆਂ ਦੇ ਉੱਤੇ ਅਜੇ ਤੱਕ ਲੋਕ ਯਕੀਨ ਕਰਦੇ ਆ ਤੁਹਾਡੇ ਤੇ ਭਰੋਸਾ ਕਰਦੇ ਆ ਤੁਹਾਡੇ ਤੇ ਵਿਸ਼ਵਾਸ ਕਰਦੇ ਆ ਤੇ ਜੇ ਲੋਕ ਵਿਸ਼ਵਾਸ ਕਰਦੇ ਆ ਤਾਂ ਤੁਸੀਂ ਉਨੀ ਗੰਭੀਰਤਾ ਦੇ ਨਾਲ ਅੱਜ ਮੀਟਿੰਗ ਦੇ ਵਿੱਚ ਜਾਇਓ ਹੁਣ ਸੰਧਾਲੀਆ ਸਾਹਿਬ ਮੈਂ ਇੱਕ ਹੋ ਸਕਦਾ ਕਿ ਕਿਸੇ ਨੂੰ ਲੱਗੇ ਕਿ ਵੇਲੇ ਦਾ ਕੰਮ ਤੇ ਕਵੇਲੇ ਦੀਆਂ ਟਕਰਾਂਗੇ ਇਹ ਤਾਂ ਜਦੋਂ ਮੌਕਾ ਆਊਗਾ ਉਦੋਂ ਦੇਖਾਂਗੇ ਇਦਾਂ ਨਹੀਂ ਜਦਨ ਘਰ ਬਣਾਉਣਾ ਹੁੰਦਾ ਨਾ ਜੇ ਆਪਾਂ ਸਾਰਾ ਜ਼ੋਰ ਡੈਕੋਰੇਸ਼ਨ ਤੇ ਇੰਟੀਰੀਅਰ ਡੈਕੋਰੇਸ਼ਨ ਤੇ ਲਾ ਦੇਾਂਗੇ ਕਿ ਡਾਊਨ ਸੀਲਿੰਗ ਕਿਦਾਂ ਕਰਨੀ ਐ ਲਾਈਟਾਂ ਕਿਹੜੀਆਂ ਲਾਉਣੀਆਂ ਆਪਾਂ ਟੂਟੀਆਂ ਕਿਹੜੀਆਂ ਫਿੱਟ ਕਰਨੀਆਂ ਵਾਸ਼ਬੈਸਨ ਕਿਹੜਾ ਲਿਆਉਣਾ ਸੂਫੇ ਕਿਹੜੇ ਲਿਆਉਣੇ ਆ ਸੂਤ ਨਹੀਂ ਆਉਣਾ ਰੌਲਾ ਕਿ ਨੀ ਕਿੰਨੀ ਕੁ ਡੂੰਗੀ ਪਟਦੇ ਆ ਉਹਦੇ ਵਿੱਚ ਰੋੜੀ ਕਿੰਨੀ ਕ ਪਾਉਣੀ ਆ ਉਹਨੂੰ ਰੋੜੀ ਨੂੰ ਕਿੰਨਾ ਕ ਚੰਗੇ ਤਰੀਕੇ ਕੁੱਟਦੇ ਆ ਮੈਂ ਕਹਿੰਦਾ ਕਿ ਐਮਐਸਪੀ ਜੇ ਦੇਦੇਵੇ ਕੇਂਦਰ ਸਰਕਾਰ ਤਾਂ ਬੱਲੇ ਬੱਲੇ ਹੋ ਜਾਏ ਨਾਲੇ ਚਾਰ ਵੋਟਾਂ ਕੇਂਦਰ ਸਰਕਾਰ ਵਾਲੇ ਤੁਹਾਨੂੰ ਮਿਲ ਜਾਣਗੀਆਂ ਪਰ ਦੂਸਰੇ ਪਾਸੇ ਇੱਕ ਗੱਲ ਬੜੀ ਕਲੀਅਰ ਹੈ ਸਾਡੀਆਂ ਕਿਸਾਨ ਜੱਥੇਬੰਦੀਆਂ ਇਸ ਅੰਦੋਲਨ ਨੂੰ ਜਿੱਤ ਲੈਣ ਅੱਧਾ ਜਿੱਤ ਲੈਣ ਪੂਰਾ ਜਿੱਤ ਲੈਣ ਜੋ ਵੀ ਨਤੀਜਾ ਨਿਕਲਦਾ ਤੁਸੀਂ ਉਹਦੇ ਤੋਂ ਬਾਅਦ ਕੱਲੀਆਂ ਕਿਸਾਨਾਂ ਦੀਆਂ ਮੰਗਾਂ ਤੇ ਨਾ ਜਾ ਕੇ ਬੈਠੇ ਹੋ ਅੱਜਕੱਲ ਕਿੰਨਾ ਕੁ ਚੱਲਣ ਡਿਆ ਉਹ ਸਾਰੇ ਮੁੱਦਿਆਂ ਦੇ ਉੱਤੇ ਤੁਹਾਨੂੰ ਲੋਕਾਂ ਨੂੰ ਜਾਗਰੂਕ ਕਰਨਾ ਪਊਗਾ ਤੁਸੀਂ ਲੋਕਾਂ ਨੂੰ ਜਾਗਰੂਕ ਕੀਤਾ ਨਾ ਕਿ ਸਾਨੂੰ ਐਮਬੈਸਪੀ ਨਹੀਂ ਮਿਲਦੀ ਤੁਸੀਂ ਲੋਕਾਂ ਨੂੰ ਜਾਗਰੂਕ ਕੀਤਾ ਨਾ ਕਿ ਮੰਗਾ ਕੇਂਦਰ ਤੋਂ ਪ੍ਰਵਾਨ ਕਰਾਉਣੀਆਂ ਤੇ ਸਾਡੇ ਨਾਲ ਚੱਲੋ ਉਹ ਟਰਾਲੀਆਂ 'ਚ ਬੈਠਿਆ ਨਾ ਕੀ ਅਸੀਂ ਆਪਣੇ ਲੋਕਾਂ ਨੂੰ ਮਰਨ ਤੋਂ ਬਚਾਉਣ ਦੇ ਲਈ ਨਸ਼ਿਆਂ ਦੇ ਖਿਲਾਫ ਤੇ ਜਿਹੜੀ ਆ ਚਾਈਨਾ ਡੋਰ ਹੈ ਉਹਦੇ ਖਿਲਾਫ ਜਾ ਕੇ ਪ੍ਰੋਗਰਾਮ ਨਹੀਂ ਕਰ ਸਕਦੇ ਕੀ ਸਾਡੀ ਲਗਾਤਾਰਤਾ ਫਿਰ ਖਤਮ ਹੋ ਜਾਂਦੀ ਹੈ ਫੰਡ ਦੀ ਤੁਹਾਨੂੰ ਕੋਈ ਕਮੀ ਨਹੀਂ ਆਪਾਂ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਦੇਖ ਹੀ ਲਿਆ ਸੀ ਕੀ ਅੱਜ ਜੇ ਮੰਨ ਲਓ ਇੱਕ ਕਿਸਾਨ ਦੀ ਐਮਐਸਪੀ ਮਿਲਣ ਦੇ ਨਾਲ ਮੈਂ ਕਹਿੰਨਾ ਇਹ ਜ਼ਰੂਰੀ ਹੈ ਕੋਈ ਬੰਦਾ ਇਹ ਨਾ ਸਮਝੇ ਕਿ ਮੈਂ ਕਹਿੰਨਾ ਕਿ ਭਾਈ ਐਮਐਸਪੀ ਨਾਲ ਬੜੀ ਜ਼ਰੂਰੀ ਹੈ ਮਿਲੇ ਤੁਹਾਨੂੰ ਪਰ ਇਹਦੇ ਤੋਂ ਬਾਅਦ ਵੀ ਤਰਤੀ ਹਟਰਾ ਪਾਣੀ ਥੱਲੇ ਜਾਂਦਾ ਕਿਉਂਕਿ ਮੈਂ ਆ 6 ਦਿਨਾਂ ਤੇ 6 ਦਿਨਾਂ ਦੇ ਵਿੱਚ ਆ ਤਿੰਨ ਦਿਨ ਵਿਹਲੇ ਸੀ ਤੇ ਨਾ ਤਿੰਨਾਂ ਦਿਨਾਂ ਦੇ ਵਿੱਚ ਮੈਂ ਬਹੁਤੀ ਗੱਲ ਇਸ ਮੁੱਦੇ ਤੇ ਸੁਣੀ ਨਹੀਂ ਉਹ ਗੰਭੀਰਤਾ ਹੋਰ ਡੂੰਗੀ ਹੋਣੀ ਚਾਹੀਦੀ ਹੈ ਜੇ ਮੰਨ ਲਓ ਕਿ 50000 ਰੁਪਇਆ ਸਾਲ ਦਾ ਐਮਐਸਪੀ ਬਦਨ ਦੇ ਨਾਲ ਕਿਸਾਨ ਨੂੰ ਮਿਲ ਗਿਆ ਇਹ ਜਿਹਨੂੰ ਲੱਖ ਰੁਪਏ ਜਾਂ 2 ਲੱਖ ਰੁਪਏ ਡੂੰਗਾ ਬੋਰ ਕਰਨ ਦੇ ਉੱਤੇ ਲੱਗ ਗਿਆ ਤੇ ਉਹਨੂੰ ਘਾਟਾ ਪਿਆ ਕੇ ਵਾਦਾ ਪਿਆ ਇਹਦੇ ਨਾਲ ਕਿਸਾਨ ਜਿਹੜਾ ਹੈ ਜੇ ਉਹਨੂੰ ਮੰਨ ਲਓ 20000 25000 30000 ਜਾਂ 40000 ਰੁਪਏ ਸਾਲ ਦਾ ਐਮਐਸਪੀ ਮਿਲਣ ਦੇ ਕਰਕੇ ਮਿਲਣ ਲੱਗ ਪਿਆ ਤੇ ਜੇ ਜ਼ਹਿਰੀਲੇ ਭੋਜਨ ਪਦਾਰਥਾਂ ਦੇ ਕਰਕੇ ਜ਼ਹਿਰੀਲੇ ਦੁੱਧ ਦੇ ਕਰਕੇ ਜਾਂ ਉਹ ਤੱਤ ਜਿਹੜੇ ਸਾਡੇ ਭੋਜਨ ਦੇ ਵਿੱਚ ਸ਼ਾਮਲ ਹੋ ਗਏ ਆ ਉਹ ਤੱਤ ਜਿਨ੍ਹਾਂ ਦੇ ਕਰਕੇ ਸਰੀਰ ਢਿੱਲਾ ਹੋ ਜਾਂਦਾ ਬਿਮਾਰ ਹੋ ਜਾਂਦਾ ਤੇ ਸਾਨੂੰ ਜੇ 50000 ਰੁਪਏ ਸਾਲ ਦਾ ਪ੍ਰਤੀ ਜੀ ਡਾਕਟਰਾਂ ਨੂੰ ਦੇਣਾ ਪੈ ਗਿਆ ਤਾਂ ਸਾਨੂੰ ਸਿਆਣਾ ਕੌਣ ਆਖੂ ਜਣੀ ਮਸਲਾ ਐਮਐਸਪੀ ਕੱਲੀ ਤੇ ਖਲੋਤਾ ਨਹੀਂ ਮਸਲਾ ਕੱਲਾ ਕਰਜ਼ਾ ਮਾਫੀ ਤੇ ਖਲੋਤਾ ਨਹੀਂ ਕਰਜ਼ਾ ਚੜਦਾ ਕਿਉਂ ਆ ਬਈ ਕਿਉਂ ਚੜਦਾ ਕਰਜ਼ਾ ਕਿਸਾਨ ਦੇ ਸਿਰ ਇਹ ਇਹ ਗੱਲਾਂ ਦੇਖਣ ਵਾਲੀਆਂ ਨਹੀਂ ਤਾਂ ਅੱਜ ਕਰਜ਼ਾ ਮਾਫ ਹੋਊਗਾ ਚੌ ਸਾਲੀ ਫੇਰ ਚੜ ਜਾਣਾ ਤੇ ਸਾਡੇ ਇਹ ਵੀ ਆਦਤਾਂ ਛੱਡਣੀਆਂ ਪੈਣਗੀਆਂ ਕਿ ਕਰਜ਼ਾ ਤਾਂ ਮਾਫੀ ਹੋ ਜਾਣਾ ਗੱਲ ਕਿਹੜੀ ਹੈ ਹੁਣ ਇਸ ਕਰਕੇ ਥੋੜਾ ਜਿਹਾ ਸਾਨੂੰ ਅਵੇਰਨੈਸ ਵਾਲੇ ਪਾਸੇ ਤੁਰਨਾ ਪਊਗਾ ਅਸੀਂ ਹਰ ਵਾਰੀ ਇਸੇ ਤਰੀਕੇ ਆ ਕੇ ਦਰਿਆਵਾਂ ਵਾਸ਼ਾ ਕੇ ਸੜਕਾਂ ਤੇ ਨਹੀਂ ਬਹਿਣਾ ਅਸੀਂ ਕੱਲਾ ਕਿਸਾਨ ਆਗੂਆਂ ਦੀ ਮੂੰਹ ਵੱਲ ਨਹੀਂ ਤੱਕਣਾ ਕਿਉਂ ਕੋਈ ਸ਼ਬਦ ਕਹਿਣ ਤਾਂ ਸਾਨੂੰ ਪਤਾ ਲੱਗੇ ਕਿ ਹੋ ਕੀ ਗਿਆ ਹਰ ਇੱਕ ਬੰਦਾ ਕਿਸਾਨ ਆਗੂਆਂ ਚ ਨਹੀਂ ਵਧੀਆ ਲੋਕਾਂ ਚ ਨਹੀਂ ਜਾਗਦੇ ਸਿਰਾਂ ਦੇ ਵਾਲੇ ਲੋਕਾਂ ਚ ਨਹੀਂ ਜਿਹੜੀ ਹੈ ਉਹ ਸਮਝ ਕਿਉਂ ਨਹੀਂ ਰੱਖ ਸਕਦਾ ਫਿਰ ਗੱਲਾਂ ਚੱਲਦੀਆਂ ਹੁੰਦੀਆਂ ਯਾਰ ਉਹ ਆਗੂ ਤਾਂ ਇਦਾਂ ਕਹਿੰਦਾ ਸੀ ਉਹ ਮੁੜ ਕੇ ਤਾਂ ਬੰਦਾ ਮੈਂ ਕਿਸਾਨ ਆਗੂਆਂ ਦੀ ਗੱਲ ਨਹੀਂ ਕਰਦਾ ਉਹ ਤਾਂ ਯਾਰ ਧੋਖੇबाज ਨਿਕਲਿਆ ਸੀ ਤਾਂ ਬੰਦੇ ਜਿਤਾਏ ਸੀ ਅਸੀਂ ਤਾਂ ਕੀਤੇ ਸੀ ਉਹਨਾਂ ਨੇ ਕੀਤਾ ਕੱਖ ਨਹੀਂ ਉਹ ਇਸ ਕਰਕੇ ਕਿਉਂਕਿ ਅਸੀਂ ਬੰਦੇ ਮਗਰ ਲੱਗਦੇ ਆ ਅਸੀਂ ਬੰਦੇ ਤੇ ਬੋਲਾਂ ਮਗਰ ਲੱਗਦੇ ਆ ਅਸੀਂ ਆਪ ਤੱਥ ਜਿਹੜੇ ਆ ਉਹ ਕਲੀਅਰ ਨਹੀਂ ਕਰਦੇ ਅਸੀਂ ਆਪ ਉਧਰਲੇ ਪਾਸੇ ਖੋਜ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਸਾਡੀ ਆਪ ਦੀ ਜਿਹੜੀ ਹੈ ਉਹ ਕਿਉਂਕਿ ਉਹਦੇ ਮਿਹਨਤ ਲੱਗਦੀ ਹੈ ਉਹ ਤੇ ਸਮਾਂ ਲੱਗਦਾ ਜੇ ਸਾਨੂੰ ਆਪ ਪਤਾ ਹੋਵੇ ਕਿ ਭਲਾ ਕੀ ਆ ਬੁਰਾ ਕੀ ਆ ਕੋਈ ਲੀਡਰ ਸਟੇਜ ਤੋਂ ਬੋਲਦਾ ਹੋਵੇ ਕੋ ਮੰਤਰੀ ਸਟੇਜ ਤੋਂ ਬੋਲਦਾ ਹੋਵੇ ਕੋ ਮੁੱਖ ਮੰਤਰੀ ਸਟੇਜ ਤੋਂ ਬੋਲਦਾ ਹੋਵੇ ਉਹ ਤੁਹਾਡੇ ਨਾਲ ਝੂਠਾਵਾਦਾ ਨਹੀਂ ਕਰ ਸਕੂਗਾ ਹੁਣ ਕਿੰਨੇ ਨੇ ਕਹਿਣਾ ਸੀ ਐਮਐਸਪੀ ਦੇਾਂਗੇ ਚਾਹੇ ਉਹ ਸਰਕਾਰ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਇਹਨਾਂ ਨੇ ਕਿਹਾ ਸੀ ਐਮਐਸਪੀ ਦੇਾਂਗੇ ਕਿੰਨੇ ਪੈਸੇ ਲੱਗਣੇ ਐ ਐਮਐਸਪੀ ਤੇ ਪਿਛਲੇ ਸਾਲ ਕਿੰਨੇ ਦਾ ਅਨਾਜ ਹੋਇਆ ਸੀ ਕਿੰਨੇ ਕੁਆਂਟਲ ਹੋਇਆ ਸੀ ਜਿੰਨੀ ਐਮਐਸਪੀ ਤੁਸੀਂ ਕਿੰਨੇ ਕਰਕੇ ਗੁਣਾ ਦੱਸੋ ਪੈਸੇ ਕਿੰਨੇ ਲੱਗਣੇ ਆ ਉਹ ਪੈਸੇ ਲਿਆਉਂਗੇ ਕਿੱਥੋਂ ਉਹਸ ਪੈਸੇ ਦਾ ਸੋਰਸ ਦੱਸੋ ਇਹ ਥੋੜੀ ਐ ਕਿ ਜਦੋਂ ਤੁਸੀਂ ਮੰਤਰੀ ਬਣ ਗਿਆ ਮੁੱਖ ਮੰਤਰੀ ਬਣ ਗਿਆ ਪ੍ਰਧਾਨ ਮੰਤਰੀ ਬਣ ਗਿਆ ਕੇਂਦਰ ਦੇ ਵਿੱਚ ਮਿਨਿਸਟਰ ਆਫ ਕੈਬਨਿਟ ਬਣ ਗਿਆ ਕਿ ਉਦੋਂ ਜਾ ਕੇ ਤੁਸੀਂ ਹਿਸਾਬ ਕਿਤਾਬ ਲਾਉਣਾ ਸ਼ੁਰੂ ਕਰਨਾ ਉਹ ਯਾਰ ਐਮਐਸਪੀ ਦੇ ਵਾਅਦਾ ਕਰਤਾ ਪੈਸੇ ਕਿੰਨੇ ਲੱਗਣੇ ਆ ਇਦਾਂ ਨਹੀਂ ਅਸੀਂ ਇੰਨੇ ਕੁ ਚੇਤਨ ਹੋਣਾ ਕਿਉਂਕਿ ਜਦੋਂ ਲੋਕ ਚੇਤਨ ਹੋ ਜਾਣਗੇ ਫਰਵਾਦਾ ਖਿਲਾ ਇਹ ਗੱਲਾਂ ਠੀਕ ਨੇ WhatsApp ਕਿਉਂਕਿ ਮੇਰਾ ਖਿਆਲ ਜੰਨੀਆਂ ਤੁਸੀਂ ਉਦਾਹਰਨਾ ਦਿੱਤੀਆਂ ਇਹਨੂੰ ਜੇ ਇੱਕ ਦੇਸੀ ਤਰੀਕੇ ਦੀ ਉਦਾਹਰਨਾ ਸਮਝਣਾ ਹੋਵੇ ਨਾ ਤੇ ਸਿੰਪਲ ਜੀ ਗੱਲ ਆ ਕਿ ਪ੍ਰਦਰਸ਼ਨ ਐ ਇਸ ਵਕਤ ਇਸ ਚੀਜ਼ ਦਾ ਕਿ ਕਿਸਾਨ ਮਜ਼ਦੂਰ ਜਾਂ ਆਮ ਬੰਦਾ ਜਿਹੜਾ ਉਹਦੀ ਜੇਬ ਦੇ ਵਿੱਚ ਜਿੰਨੇ ਪੈਸੇ ਪੈਣੇ ਚਾਹੀਦੇ ਜੀ ਉਹ ਨਹੀਂ ਨੇ ਪੈ ਰਹੇ ਤੇ ਉਹਦੇ ਨਾਲ ਉਹ ਬੰਦਾ ਕਰਜ਼ਈ ਹੋ ਰਿਹਾ ਹੈ ਉਹਦਾ ਕੰਮ ਨਹੀਂ ਚੱਲ ਰਿਹਾ ਉਹ ਚਾਰਾ ਪਰੇਸ਼ਾਨ ਆ ਤੇ ਜੇ ਇਹੀ ਕੁਛ ਰਿਹਾ ਤੇ ਫਿਰ ਉਹ ਸਰਵਾਈਵ ਕਿਦਾਂ ਕਰੂਗਾ ਪਰ ਉਹਦੇ ਨਾਲ ਨਾਲ ਉਹ ਜਿਹੜੀ ਜੇਬ ਜਿਹਦੇ ਵਿੱਚ ਉਹ ਪੈਸੇ ਪਾਉਣ ਦੀ ਗੱਲ ਕਰਦਾ ਉਹ ਜੇਬ ਨੂੰ ਥੱਲਿਓਂ ਸੀਣ ਵਜੀਆ ਕਿ ਨਹੀਂ ਵਜੀ ਕਿਤੇ ਇਦਾਂ ਤਾਂ ਨਹੀਂ ਵੀ ਉਹ ਜਿਹੜੀ ਥੱਲਿਓਂ ਜੇਬ ਉਦੜੀ ਆ ਉਹਦੇ ਵਿੱਚ ਦੀ ਵਗਦਾ ਬਹੁਤ ਕੋਸ਼ ਹੈ ਤੇ ਉਹਨੂੰ ਲੱਗਦਾ ਵੀ ਆ ਵੀ ਯਾਰ ਮੈਂ ਪਾਉਣਾ ਤੇ ਵਿੱਚ ਜੇਬ ਚ ਰਹਿੰਦਾ ਨਹੀਂ ਕਿਤੇ ਇਦਾਂ ਤਾਂ ਨਹੀਂ ਵੀ ਉਹ ਜੇਬ ਹੀ ਪੜਵਾ ਰਖੀ ਤੇ ਉਹਦੇ ਵਿੱਚ ਜਿਹੜਾ ਜੇਬ ਪੜਵਾਉਣ ਵਾਲੀਆਂ ਗੱਲਾਂ ਨੇ ਆਪਾਂ ਅੱਗੇ ਵੀ ਕਿਰਾਂ ਕੀਤੀ ਗੱਲ ਅੱਜ ਵੀ ਤੁਸੀਂ ਮੇਰੇ ਖਾਲ ਉਹ ਨਹੀਂ ਕੀਤੀ ਮੈਂ ਐਡ ਕਰ ਦਿੰਨਾ ਜਿਹੜੇ ਮਹਿੰਗੇ ਖਰਚੀਲੇ ਵਿਆਹਾਂ ਵਾਲਾ ਕੰਮ ਆਪਾਂ ਸ਼ੁਰੂ ਕੀਤਾ ਸ਼ੌਕ ਜਿਹੜੇ ਮਹਿੰਗੇ ਆਪਣੇ ਫੋਨਾਂ ਵਾਲੇ ਨੇ ਇਸ ਤੋਂ ਲਾਵਾਉ ਮੈਂ ਕੀਆ ਮਤਲਬ ਆਪਾਂ ਹੁਣ ਕੋਠੀਆਂ ਵਾਲਾ ਫਲਾਨਾ ਨਕਸ਼ਾ ਚਾਹੀਦਾ ਜੀ ਆਹ ਚਾਹੀਦਾ ਆਪਾਂ ਸ਼ੁਰੂ ਕਰ ਲਿਨੇ ਪਰ ਕਦੀ ਤੁਸੀਂ ਕੈਲਕੂਲੇਟ ਕਰਿਓ ਵੀ ਜਿੱਦਨ ਤੁਹਾਨੂੰ ਤੁਹਾਡੇ ਆਰਕੀਟੈਕਟ ਸਾਹਿਬ ਤੁਹਾਡੇ ਮਿਸਤਰੀ ਸਾਹਿਬ ਇੰਨੇ ਪੈਸੇ ਲੱਗਣੇ ਆ ਜਿੰਨੇ ਪਾਈ ਹੁੰਦੀ ਉਹਨੂੰ ਪੁੱਛ ਕੇ ਦੱਸੋ ਵੀ ਜਿੰਨੇ ਉਹਨੇ ਕਹੇ ਹੁੰਦੇ ਕੀ ਉਹਨੇ ਚ ਬਣਦੀ ਉਹ ਵੀ ਜਾਂ ਫੇ ਮੁੜ ਕੇ ਸਾਰਾ ਕੋਈ ਤੱਪੜ ਹੀ ਵਿਗ ਜਾਂਦੇ ਤੇ ਜੇ ਤੱਪੜ ਮੰਨ ਲਓ ਵੀ ਉਹ ਪੂਰੇ ਨਾ ਹੋਵੇ ਤੇ ਆਪਾਂ ਕਈ ਇਹਨਾਂ 6-6 ਮਹੀਨੇ ਤੱਪੜ ਤਾਣ ਕੇ ਵੀ ਵਾਰੀਆਂ ਦੇ ਟਾਈਮ ਪਾਸ ਕਰਦੇ ਆ ਫਿਰ ਇਹ ਜਿੰਨੀਆਂ ਗੱਲਾਂ ਇਸ ਤੋਂ ਭਾਵੇਂ ਚਾਈਨਾ ਡੋਰ ਦੀ ਗੱਲ ਕਰ ਲੋ ਮਲਾਵੜ ਦੀ ਗੱਲ ਕਰ ਲੋ ਦੁੱਧ ਦੀ ਆਪਾਂ ਗੱਲ ਕਰਦੇ ਹੋ ਨਾ ਜੀ ਦੁੱਧ ਭਾਈ ਸਾਹਿਬ ਪੀਓ ਸਿਹਤ ਬਣੇ ਤੇ ਇਹ ਡਿਬੇਟ ਕਿੰਨੀ ਨਾ ਚੱਲੀ ਆ ਵੀ ਯਾਰ ਹੁਣ ਤਾਂ ਉਹਨੇ ਡੰਗਰੇ ਨਹੀਂ ਰਹਿਗੇ ਜਿੰਨਾ ਆਪਾਂ ਨੂੰ ਦੁੱਧ ਦੀ ਲੋੜ ਆ ਤੇ ਫਿਰ ਵੀ ਭਾਵੇਂ ਤੁਸੀਂ ਪਨੀਰ ਦਾ ਆਰਡਰ ਦੇ ਦਿਓ ਭਾਵੇਂ ਦੁੱਧ ਦਾ ਆਰਡਰ ਦੇ ਦਿਓ ਭਾਵੇਂ ਦਹੀਂ ਦਾ ਆਰਡਰ ਦੇ ਦਿਓ ਚੁਟਕੀਆਂ ਜਿਗਲਾ ਪੈਦਾ ਕਰ ਦਿੰਦਾ ਵੀ ਉਹ ਕਿਹੜੀ ਮਸ਼ੀਨ ਆਇਆ ਸੀ ਕਿਹੜੀ ਐਸੀ ਲੋਹੇ ਦੀ ਮੱਝ ਅਸੀਂ ਖਰੀਦ ਲਈ ਆ ਵੀ ਜਿਹੜੀ ਉਸੇ ਵੇਲੇ ਸਾਰਾ ਕੁਝ ਦੇ ਦਿੰਦੀ ਹੈ ਸੋ ਇਹ ਉਹ ਚੀਜ਼ਾਂ ਨੇ ਜਿਹੜੀਆਂ ਜੇ ਆਪਾਂ ਹਰੇਕ ਗੱਲ ਨੂੰ ਆਖੀਏ ਵੀ ਸਰਕਾਰ ਕਰਕੇ ਦੇਵੇ ਸਰਕਾਰ ਉਹਨੂੰ ਕਿੱਥੇ ਕਿੱਥੇ ਡੱਕਾ ਲਾਉਂਦੀ ਫਿਰੂਗੀ ਇਹ ਕੁਝ ਚੀਜ਼ਾਂ ਤੇ ਐਸੀਆਂ ਨੇ ਜਿਹੜੀਆਂ ਕਿ ਸਮਾਜਿਕ ਨਿਯਮ ਆਪਾਂ ਨੂੰ ਬਣਾਉਣੇ ਪੈਣਗੇ ਦੇਖੋ ਸੰਧਾਲੀਆ ਸਭ ਕੁੱਲ ਮਿਲਾ ਕੇ ਇਹ ਸਵੈ ਅਨੁਸ਼ਾਸਨ ਜਿਹੜਾ ਨਾ ਸੈਲਫ ਡਿਸਿਪਲਿਨ ਸਾਨੂੰ ਕ੍ਰੀਏਟ ਕਰਨਾ ਪੈਣਾ ਉਹਦੇ ਤੋਂ ਬਿਨਾ ਸਾਡੀ ਬਾਹ ਨਹੀਂ ਕਿਸੇ ਨੇ ਫੜਨੀ ਜੇ ਹੁਣ ਅੰਦਰਲੇ ਪਾਸੇ ਸਾਨੂੰ ਖੋਰਾ ਲੱਗ ਗਿਆ ਜੇ ਸਿਉਂ ਅੰਦਰੋਂ ਪੈ ਗਈ ਤਾਂ ਬਾਹਰੋਂ ਜਿੰਦਾ ਦੀ ਮਰਜ਼ੀ ਨਾਲ ਰਾਜੀ ਫਿਸੂਤ ਨਹੀਂ ਆਉਣਾ ਤੇ ਸਾਡੀ ਇਸ ਮਾਨਸਿਕਤਾ ਨੂੰ ਸਾਡੀ ਲੀਡਰਸ਼ਿਪ ਚੰਗੀ ਤਰ੍ਹਾਂ ਸਮਝਦੀ ਹੈ ਇਸੇ ਕਰਕੇ ਅਸੀਂ ਬਾਰ ਬਾਰ ਲੁੱਟੇ ਪੁੱਟੇ ਜਾਂਦੇ ਹਾਂ ਚਲੋ ਮੀਟਿੰਗ ਹੈ ਸ਼ਾਮ 6 ਵਜੇ ਸ਼ੁਰੂ ਹੋਣੀ ਹੈ ਥੋੜੇ ਘੰਟੇ ਬਾਕੀ ਨੇ ਅਸੀਂ ਆਸ ਤੇ ਉਮੀਦ ਕਰਦੇ ਹਾਂ ਕਿ ਚਾਹੇ ਖਨੌਰੀ ਤੇ ਸ਼ੰਭੂ ਬਾਰਡਰ ਤੋਂ ਕਿਸਾਨ ਤਰਨ ਚਾਹੇ ਦਿੱਲੀੋਂ ਸਾਡੇ ਕੇਂਦਰ ਸਰਕਾਰ ਦੇ ਮਿਨਿਸਟਰ ਤਰਨ ਤੇ ਚਾਹੇ ਚੰਡੀਗੜ੍ਹੋਂ ਪੰਜਾਬ ਦੇ ਮੁੱਖ ਮੰਤਰੀ ਅੱਜ ਤੁਹਾਡੇ ਸਾਰਿਆਂ ਦੇ ਮਨ ਦੇ ਵਿੱਚ ਇਹ ਹੋਣਾ ਚਾਹੀਦਾ ਕਿ ਆਪਾਂ ਮਸਲਾ ਨਵੇੜਨਾ ਤੇ ਇਸ ਟੱਕ ਦੇ ਨਾਲ ਨਹੀਂ ਨਵੇੜਨਾ ਚਲੋ ਯਾਰ ਹੁਣ ਕੰਮ ਨਿਬੜਿਆ ਫੇ ਦੇਖਾਂਗੇ ਨਹੀਂ ਮੁੜ ਕੇ ਮਸਲਾ ਪੈਦਾ ਨਾ ਹੋਵੇ ਇਹ ਬਹੁਤ ਜ਼ਰੂਰੀ ਹੈ ਸਿਆਸੀ ਪਾਰਟੀਆਂ ਤੁਸੀਂ ਬੇਲੀਆਂ ਬੈਠੀਆਂ ਕੀ ਕਰਦੀਆਂ ਤੁਹਾਨੂੰ ਸਟੇਜ ਤੇ ਕਿਸੇ ਨੇ ਚੜ੍ਹਨ ਨਹੀਂ ਦੇਣਾ ਠੀਕ ਹੈ ਕੋਈ ਜ਼ਖਮੀਆਂ ਨੂੰ ਦੇਖਣ ਜਾ ਰਿਹਾ ਕੋਈ ਧਰਨਾ ਲਾ ਰਿਹਾ ਤੁਸੀਂ ਸੈਮੀਨਾਰ ਕਰੋ ਤੁਸੀਂ ਆਪਸ ਦੇ ਵਿੱਚ ਅੰਦਰੂਨੀ ਸੈਮੀਨਾਰ ਕਰੋ ਲੋਕਾਂ ਨੂੰ ਸ਼ਾਮਲ ਕਰਨਾ ਕਰ ਲਓ ਕਿ ਭਾਈ ਜੇ ਅਸੀਂ ਆਹ ਕੰਮ ਕਰਨਾ ਹੋਵੇ ਖੇਤੀਬਾੜੀ ਦਾ ਤੇ ਸਾਨੂੰ ਪੈਸੇ ਕਿੰਨੇ ਕੁ ਲੱਗਣਗੇ ਅਸੀਂ ਕਿਹੜੇ ਤਰੀਕੇ ਨਾਲ ਚੜੀਏ ਜ਼ਹਿਰਾਂ ਤੋਂ ਕਿੱਦਾਂ ਬ ਤੁਸੀਂ ਸਿਆਸੀ ਲੀਡਰ ਹੋ ਤੁਸੀਂ ਇਲੈਕਸ਼ਨ ਲੜਨੀ ਆ ਤੁਸੀਂ ਜਿੰਨਾ ਤੁਸੀਂ ਸੂਬਾ ਤੇ ਦੇਸ਼ ਚਲਾਉਣਾ ਤੁਹਾਡੇ ਵਿੱਚੋਂ ਹੀ ਕਿਸੇ ਇੱਕ ਨੇ ਨਾ ਗੁਰਪ੍ਰੀ ਸੰਧਾਲੀਆਂ ਨੂੰ ਚਲਾਉਣਾ ਨਾ ਮੈਂ ਚਲਾਉਣਾ ਨਾਲ ਸਾਡੇ ਪ੍ਰਾਈਮਰੀ ਸ਼ਾ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੇ ਤੇ ਤੁਸੀਂ ਤਾਂ ਹੀ ਠੀਕ ਫੈਸਲੇ ਲੈ ਸਕੋਗੇ ਜੇ ਤੁਹਾਨੂੰ ਪਤਾ ਤੇ ਪਤਾ ਤੁਸੀਂ ਆਪ ਤਾਂ ਪੜਨਾ ਨਹੀਂ ਬਹੁਤ ਘੱਟ ਲੀਡਰ ਨੇ ਜਿਹੜੇ ਪੜਦੇ ਆ ਇਸ ਕਰਕੇ ਘੱਟੋ ਘੱਟ ਸਿਆਣੇ ਆ ਬੰਦਿਆਂ ਦੀਆਂ ਗੱਲਾਂ ਹੀ ਸੁਣ ਲਓ ਯਾਰ ਫਿਰ ਮੁੜ ਕੇ ਤੁਸੀਂ ਕਹਿੰਦੇ ਕਮੇਟੀ ਬਣਾ ਦਿੰਨੇ ਆ ਕਮੇਟੀ ਦੀਆਂ ਸਵਾਰਥਾਂ ਦੇ ਮੁਤਾਬਕ ਕੰਮ ਕਰੋ ਤੁਹਾਨੂੰ ਆਪ ਕਿਉਂ ਨਾ ਪਤਾ ਹੋਵੇ ਤੁਸੀਂ ਕਮੇਟੀ ਨਹੀਂ ਤੁਸੀਂ ਐਡਾ ਵੱਡਾ ਸੂਬਾ ਚ ਐਡਾ ਵੱਡਾ ਦੇਸ਼ ਚ ਰੋਣਾ ਤੁਸੀਂ ਕਮੇਟੀ ਨਹੀਂ ਹੈ ਇਸ ਕਰਕੇ ਸਿਆਸੀ ਪਾਰਟੀਆਂ ਹੱਥ ਤੇ ਹੱਥ ਤਰਕੇ ਨਾ ਬੈਠਣ ਤੁਸੀਂ ਵੇਲੇ ਤਾਂ ਹੋ ਗਿਆ ਤੁਸੀਂ ਰੈਲੀਆਂ ਤਾਂ ਕਰ ਨਹੀਂ ਰਹੇ ਤੁਸੀਂ ਕੈਂਪੇਨ ਤਾਂ ਜੇ ਕਰ ਨਹੀਂ ਸਕਦੇ ਜਿੰਨੀ ਦੇ ਅੰਦੋਲਨ ਚੱਲਦਾ ਤੁਸੀਂ ਘਟੋ ਘੱਟ ਆਪ ਦਾ ਸੇਰੀ ਜਗਾ ਲੋ ਤੁਸੀਂ ਘੱਟੋ ਘੱਟ ਸਮਝਣ ਦੀ ਕੋਸ਼ਿਸ਼ ਕਰ ਲਓ ਕਿ ਆਪਾਂ ਪਾਣੀ ਉੱਪਰਲੇ ਪਾਸੇ ਨੂੰ ਕਿੱਦਾਂ ਲਿਆਉਣਾ ਆਪਾਂ ਦਰਿਆਈ ਪਾਣੀਆਂ ਦੀ ਵਰਤੋਂ ਕਿੱਦਾਂ ਕਰਨੀ ਹੈ ਆਪਾਂ ਜ਼ਹਿਰਾਂ ਤੋਂ ਮੁਕਤ ਖੇਤੀ ਜੇ ਕਰਨੀ ਆ ਤਾਂ ਝਾੜਤਾ ਨਹੀਂ ਘਟੂਗਾ ਜੇ ਝਾੜ ਘਟੂਗਾ ਤਾਂ ਤਾਂ ਅਲਟਰਨੇਟਿਵ ਕੀ ਹੈ ਦੇਸ਼ ਦੇ ਅਨਾਜ ਭੰਡਾਰ ਦੇ ਉੱਤੇ ਕੋ ਅਸਰ ਤਾਂ ਨਹੀਂ ਪਊਗਾ ਕਿਸਾਨਾਂ ਦੀ ਲਾਗਤ ਕਿੱਦਾਂ ਘੱਟ ਕਰਨੀ ਹੈ ਸਿਆਣੇ ਬੰਦੇ ਬਹੁਤ ਨਹੀਂ ਤੁਸੀਂ ਸੁਣੋ ਤਾਂ ਸਹੀ ਤੁਸੀਂ ਸਾਰੀ ਉਮਰ ਰੈਲੀਆਂ ਦੇ ਵਿੱਚ ਆ ਕੇ ਵੱਡੀਆਂ ਸਟੇਜਾਂ ਦੇ ਉੱਤੇ ਲਾ ਕੇ ਦੂਰ ਤੱਕ ਸਾਊਂਡ ਸਿਸਟਮ ਜਿਆ ਤੁਸੀਂ ਆਪ ਦੀਆਂ ਸੁਣਾਈ ਜਾਂਦੇ ਹੋ ਲੋਕਾਂ ਨੂੰ ਇਹ ਗੱਲ ਜਿਹੜੀ ਹੈ ਉਹ ਗਲਤ ਹੋ ਜੂਗੀ ਸਿਆਸੀ ਪਾਰਟੀਆਂ ਵੇਲੀਆਂ ਨੇ ਇਸ ਸਮੇਂ ਨੂੰ ਚੰਗੇ ਪਾਸੇ ਵਰਤਣੋਗੇ ਤਾਂ ਤੁਹਾਡਾ ਵੀ ਭਲਾ ਹੋ ਜੂ ਪੰਜਾਬ ਦੇ ਲੋਕਾਂ ਦਾ ਵੀ ਇਹ ਬੜਾ ਜ਼ਰੂਰੀ ਆ ਦੇਖੋ ਪਹਿਲਾਂ ਵੀ ਕਹਿੰਦੇ ਹੁੰਦੇ ਸੀ ਹੁਣ ਵੀ ਕਹਿੰਦੇ ਆ ਕਿ ਜੇ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ ਤੇ ਇਹ ਰੋਟੀਆਂ ਵਾਲੇ ਹੀ ਨੇ ਜਿਹੜੇ ਪੈਦਾ ਕਰਦੇ ਨੇ ਤੇ ਉਹ ਕਹਿੰਦੇ ਵੀ ਯਾਰ ਸਾਡੇ ਵੀ ਨਹੀਂ ਪੈ ਰਹੀ ਤੇ ਜੇ ਇਹੋ ਆਲ ਰਿਹਾ ਤੇ ਫਿਰ ਰੋਟੀ ਹੋਰ ਕਿਸ ਦੇ ਢਿੱਡ 'ਚ ਨਹੀਂ ਪੈਣੀ ਤੇ ਜੇ ਪੇਟ ਰੋਟੀਆਂ ਨਾ ਪਈਆਂ ਤੇ ਫਿਰ ਗੱਲਾਂ ਸਾਰੀਆਂ ਖੋਟੀਆਂ ਬਾਅਦ 'ਚ ਵੀ ਲੱਗਣੀਆਂ ਤੇ ਹੁਣ ਵੀ ਲੱਗ ਰਹੀਆਂ ਕਿ ਵੀ ਜਿਹੜੀ ਚੀਜ਼ ਅੱਜ ਤੋਂ ਪਹਿਲਾਂ ਤੁਸੀਂ ਇੱਕ ਕਿਸਾਨਾਂ ਵਾਲਾ ਕੰਮ ਨਾ ਸ਼ੁਰੂ ਹੁੰਦਾ ਤੇ ਡਿਬੇਟ ਕੀ ਚੱਲਦੀ ਸੀ 2024 ਦੀਆਂ ਇਲੈਕਸ਼ਨਾਂ ਆ ਗਈਆਂ ਕਿਹੜਾ ਲੀਡਰ ਨਾਲ ਆ ਕਿਹੜਾ ਬਾਹਰ ਆ ਕਿੱਥੇ ਗੱਠਜੋੜ ਹੋ ਗਿਆ ਕਿੱਥੇ ਨਹੀਂ ਹੋ ਗਿਆ ਉਸ ਤੋਂ ਬਾਅਦ ਚੰਡੀਗੜ੍ਹ ਵਾਲਾ ਜੀ ਉੱਥੇ ਫਲਾਨਾ ਮੇਅਰ ਜੀ ਉਹ ਬਣਿਆ ਕਿ ਨਹੀਂ ਬਣਿਆ ਕੌਣ ਕਿਤੇ ਨਾਲ ਰਲ ਗਿਆ ਕਿੰਨੇ ਕਿੱਥੇ ਵੋਟਾਂ ਲੈ ਲਈਆਂ ਕਿੰਨੇ ਕਿੱਥੇ ਵੋਟਾਂ ਨਹੀਂ ਲੈ ਲਈਆਂ ਪੰਜਾਬ 'ਚ ਕਿਹੜਾ ਲੀਡਰ ਰੁੱਸ ਗਿਆ ਕਿਹੜਾ ਲੀਡਰ ਮੰਨ ਗਿਆ ਕਿਹੜਾ ਕਿਹਦੀ ਰੈਲੀ ਤੇ ਆਇਆ ਕਿਹੜਾ ਕਿਹਦੀ ਰੈਲੀ ਤੇ ਨਹੀਂ ਗਿਆ ਕਿੱਥੇ ਕਿਹੜਾ ਮਾਰਚ ਕੱਢਿਆ ਜਾ ਰਿਹਾ ਕਿੱਥੇ ਕਿਹੜਾ ਮਾਰਚ ਨਹੀਂ ਕੱਢਿਆ ਇਹ ਤੇ ਜਿੱਦਨ ਦਾ ਇਹ ਕੰਮ ਸ਼ੁਰੂ ਹੋਇਆ ਕੋ ਹੋਰ ਚੀਜ਼ ਦਾ ਕਿਸ ਦਾ ਨਾਮ ਲੈ ਕੇ ਕੋ ਰਾਸੀ ਸੋ ਉਹ ਗੱਲ ਉੱਥੇ ਹੀ ਘੁੰਮਦੀ ਹੈ ਵੀ ਜੇ ਪਹਿਲਾਂ ਨੇ ਕਿਹਾ ਸੀ ਵੀ ਯਾਰ ਪੇਟ ਨਾ ਪਈਆਂ ਰੋਟੀਆਂ ਤੇ ਸਭੀ ਗੱਲਾਂ ਖੋਟੀਆਂ ਸੋ ਰੋਟੀਆਂ ਦਾ ਪ੍ਰਬੰਧ ਮੇਰਾ ਖਿਆਲ ਲੋਕਾਂ ਦਾ ਪਹਿਲਾਂ ਜੇ ਕਰ ਲੈਣ ਲੀਡਰ ਤੇ ਫਿਰ ਉਹਨਾਂ ਵਾਲੇ ਪਾਸੇ ਵੀ ਲੋਕਾਂ ਦਾ ਧਿਆਨ ਹੋਊਗਾ ਤੇ ਜੇ ਉਧਰ ਨਾ ਧਿਆਨ ਦਿੱਤਾ ਤੇ ਫਿਰ ਤੁਹਾਨੂੰ ਪਤਾ ਹੀ ਆ ਵੀ ਲੋਕਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿਸੇ ਦੇ ਨਾਲ ਤੇ WhatsApp ਕਿਸਾਨ ਅੰਦੋਲਨ ਦਾ ਤੇ ਚਲੋ ਹੁਣ ਸ਼ਾਮ ਨੂੰ ਪਤਾ ਲੱਗਣਾ ਵੀ ਮੀਟਿੰਗ ਦੇ ਵਿੱਚ ਕੀ ਨਿਬੜਦਾ ਕੀ ਨਹੀਂ ਨਿਬੜਦਾ ਹੋਰ ਪੂਰੇ ਦਿਨ ਦੇ ਵਿੱਚ ਵੀ ਕਿਸੇ ਨਾ ਕਿਸੇ ਪਾਸੇ ਧਿਆਨ ਰਹਿਣਾ ਕਿ ਨਹੀਂ ਰਹਿਣਾ ਕਿਉਂਕਿ ਕੱਲ ਲੰਘੇ ਦਿਨ ਵਿੱਚ ਕਈ ਵਾਲੇ ਪਾਸੇ ਜੇ ਆਪਾਂ ਦੇਖੀਏ ਤੇ ਪੋਲੀਟੀਕਲ ਲੀਡਰ ਵਾਲੇ ਪਾਸੇ ਵੀ ਧਿਆਨ ਸੀਗਾ ਕਿ ਨਹੀਂ ਸੰਧਾਲੀਆ ਸਭ ਜੀਤਾ ਨਹੀਂ ਕਰਦਾ ਪਰ ਗੱਲ ਕਰ ਲੈਨੇ ਆ ਅੱਜ ਹੋ ਸਕਦਾ ਹੈ ਕਿ ਇੱਕ ਬਹੁਤ ਵੱਡੀ ਸਿਆਸੀ ਦਲਬਦਲੀ ਹੋਵੇ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਲੀਡਰ ਹੈ ਕਮਲਨਾਥ ਮੱਧ ਪ੍ਰਦੇਸ਼ ਦਾ ਕਿਸੇ ਵੇਲੇ ਉਹਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਵੈਸੇ ਪੰਜਾਬ ਦੇ ਵਿੱਚ ਸਿੱਖ ਭਾਈਚਾਰੇ ਦੇ ਵਿੱਚ ਤਾਂ ਬਹੁਤ ਸਾਰੀਆਂ ਗੱਲਾਂ ਉੱਦੇ ਉੱਠੀਆਂ ਸੀਗੇ ਯਾਰ ਤੁਸੀਂ ਇਹਨੂੰ ਹੀ ਬਣਾਉਣਾ ਥੋਡੇ ਕੋਲੇ 100 150 ਤੋਂ ਵੱਧ ਐਮਐਲਏ ਆ ਕੋ ਹੋਰ ਵਿੱਚੋਂ ਬਣਾ ਲਓ ਜੋਤਰੇ ਦਿੱਤੀ ਸਿੰਧੀ ਇਹ ਬਣਾ ਲਿੰਦੀ ਅੱਜ ਕੱਲ ਤਾਂ ਕੇਂਦਰ ਸਰਕਾਰ ਦੇ ਵਿੱਚ ਮਨਿਸਟਰ ਨੇ ਨਾ ਜੀ ਕਾਂਗਰਸ ਪਾਰਟੀ ਨੇ ਕਮਲਨਾਥ ਬਣਾਇਆ ਜੋਤਰੇ ਦਿੱਤੀ ਸਿੰਧਿਆ ਗੁੱਸੇ ਹੋ ਗਿਆ 1.5 ਸਾਲ ਬਾਅਦ ਉਹ ਕੁਝ ਐਮਐਲਏ ਲੈ ਕੇ ਬੀਜੇਪੀ ਜਾਵੜਿਆ ਕਮਲਨਾਥ ਦੀ ਸਰਕਾਰ ਡੇਗੀ ਹੁਣ ਉਹ ਜਿਹੜਾ ਕਮਲਨਾਥ ਹੈ ਤੇ ਉਹਦਾ ਮੁੰਡਾ ਨੁਕਲਨਾਥ ਉਹ ਦੋਵੇਂ ਪਿਛਲੇ 5-7 ਦਿਨਾਂ ਤੋਂ ਜਿੱਦਾਂ ਦਾ ਵਿਵਹਾਰ ਕਰਦੇ ਸੀ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਹੋਣ ਦੇ ਬਾਵਜੂਦ ਉਹ ਤੋਂ ਖੁਰਕਦੀ ਤਾਂ ਕਈਆਂ ਨੂੰ ਸੀ ਕਿ ਪਈ ਇਹਨਾਂ ਨੇ ਹੁਣ ਟਿਕਣਾ ਨਹੀਂ ਮੱਧ ਪ੍ਰਦੇਸ਼ ਦੇ ਨੇ ਉਹ ਹੋ ਸਕਦਾ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਅੱਜ ਸ਼ਾਮਿਲ ਹੋ ਜਾਣ ਦਿੱਲੀ ਆਏ ਸਪੈਸ਼ਲ ਪੱਤਰਕਾਰਾਂ ਨੇ ਪੁੱਛਿਆ ਕਮਲਨਾਥ ਜੀ ਨੁਕਲਨਾਥ ਜੀ ਉਹ ਕਹਿੰਦੇ ਬਤਾਈਏ ਬਤਾਈਏ ਕੀ ਆ ਰਹਾ ਹੈ ਬਤਿਯਾਤੇ ਇਧਰ ਆ ਜੀ ਚਾਹ ਪੀਤੇ ਆ ਸਾਥ ਮੇ ਪੁੱਛਿਆ ਜਦੋਂ ਉਹਨਾਂ ਨੂੰ ਕਿ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋ ਰਹਾ ਹੈ ਉਹ ਬੰਦੇ ਨੇ ਨਾ ਹੀ ਨਹੀਂ ਕੀਤੀ ਕਹਿੰਦੇ ਯਾਰ ਤੁਸੀਂ ਬੜੇ ਕਾਲੇ ਆ ਤੁਸੀਂ ਕਹਤੋਂ ਇੰਨੇ ਕਾਲੇ ਆ ਦੱਸ ਦਵਾਂਗੇ ਗੱਲ ਕਿਹੜੀ ਐ ਜਿਹੜਾ ਬੰਦਾ 9 ਵਾਰ ਦਾ ਮੈਂਬਰ ਪਾਰਲੀਮੈਂਟ ਹੋਵੇ ਇੱਕ ਵਾਰ ਦਾ ਮੁੱਖ ਮੰਤਰੀ ਹੋਵੇ ਮੱਧ ਪ੍ਰਦੇਸ਼ ਕਾਂਗਰਸ ਦਾ ਸੂਬਾ ਪ੍ਰਧਾਨ ਰਿਹਾ ਹੋਵੇ ਕੇਂਦਰ ਦੀਆਂ ਕਈ ਕਾਂਗਰਸੀ ਸਰਕਾਰਾਂ ਦੇ ਵਿੱਚ ਉਹ ਕੈਬਨਿਟ ਮਿਨਿਸਟਰ ਰਿਹਾ ਹੋਵੇ ਕਾਂਗਰਸ ਦੀਆਂ ਜਿੰਨੀਆਂ ਮਹੱਤਵਪੂਰਨ ਕਮੇਟੀਆਂ ਬਣਦੀਆਂ ਨੈਸ਼ਨਲ ਲੈਵਲ ਤੇ ਉਹਨਾਂ ਦਾ ਮੈਂਬਰ ਰਹਿੰਦਾ ਹੋਵੇ ਉਹ ਬੰਦਾ ਤੇ ਜੇ ਕੋਈ ਪੱਤਰਕਾਰ ਸਵਾਲ ਪੁੱਛੇ ਤੁਸੀਂ ਬੀਜੇਪੀ ਜਾ ਰਹੇ ਹੋ ਉਹ ਬੰਦਾ ਤਾਂ ਟੁੱਟ ਕੇ ਪੈ ਜਾਵੇ ਤੈਨੂੰ ਕਹਿੰਨੇ ਕਿਆ ਜੇ ਤੂੰ ਇਦਾਂ ਦੀ ਗਲਤਬਾਹਰ ਕੀਤੀ ਦੇਖੀ ਮੈਂ ਕਾਂਗਰਸ ਪਾਰਟੀ ਚ ਬੱਡਾ ਹਾਂ ਕਾਂਗਰਸ ਪਾਰਟੀ ਜਵਾਨ ਹਾਂ ਕਾਂਗਰਸ ਪਾਰਟੀ ਨੇ ਮੈਨੂੰ ਆਹ ਕੁਛ ਦਿੱਤਾ ਮੈਂ ਨਹੀਂ ਛੜਨੀ ਤੇ ਜੇ ਉਹ ਬੰਦਾ ਮੋਹਰੇ ਕਹੇ ਉਹ ਯਾਰ ਦੱਸਦੇ ਹਾਂਗੇ ਕਾਲੇ ਕਦਰ ਪੈਨੇ ਹੋ ਤੁਸੀਂ ਬੜੀ ਰੁਚੀ ਰੱਖਦੇ ਹੋ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਤੂੰ ਵੀ ਤੁਣ ਤੁਣ ਜਿਹੜੀ ਉਹ ਵੱਜਣ ਲੱਗ ਪਈ ਹੈ ਹੁਣ ਮੁੰਡਾ ਉਹਦਾ ਐਮਪੀ ਹੈ ਸ਼ਿੰਦਵਾੜਾ ਤੋਂ ਜਿੱਥੋਂ ਕਦੇ ਐਮਪੀ ਹੁੰਦਾ ਸੀ ਹੁਣ ਸਵਾਲ ਸੰਧਾਲੀਆ ਸਾਹਿਬ ਇਹ ਪੈਦਾ ਹੁੰਦਾ ਕਿ ਗੱਲ ਕੀ ਹੈ ਪਹਿਲਾਂ ਤਾਂ ਮੱਧ ਪ੍ਰਦੇਸ਼ ਦੀ ਸਰਕਾਰ ਗਈ ਇਨੂੰ ਖੁਸ਼ ਕਰਨ ਦੇ ਲਈ ਬੀਬੀ ਸੁਨੀਆ ਗਾਂਧੀ ਨੇ ਕਮਲਨਾਥ ਨੂੰ ਖੁਸ਼ ਕਰਨ ਦੇ ਲਈ ਜੋਤਰੇ ਦਿੱਤੀ ਸਿੰਧਿਆ ਘਵਾਲਿਆ ਉਦੋਂ ਰਾਹੁਲ ਗਾਂਧੀ ਨੇ ਬਥੇਰਾ ਰੌਲਾ ਪਾਇਆ ਸੀ ਕਿ ਭਾਈ ਇਹ ਸਿੰਧਿਆ ਨੂੰ ਬਣਾਓ ਨੌਜਵਾਨ ਹੈ ਉਦੋਂ ਕਾਂਗਰਸ ਪਾਰਟੀ ਦਾ ਉਹ ਪ੍ਰਧਾਨ ਵੀ ਹੁੰਦਾ ਸੀ ਉੱਥੇ ਮੱਧ ਪ੍ਰਦੇਸ਼ ਦੇ ਵਿੱਚ ਬਹੁਤੀ ਕੈਂਪੇਨ ਉਹਨੇ ਕੀਤੀ ਸੀ ਪਰ ਬੀਬੀ ਸੁਨੀਆ ਗਾਂਧੀ ਕਹਿੰਦੀ ਨਹੀਂ ਪੁਰਾਣੇ ਬੰਦੇ ਚੰਗੇ ਹੁੰਦੇ ਆ ਕਿਉਂਕਿ ਜਦੋਂ ਐਮਰਜੈਂਸੀ ਸੀ ਨਾ ਤੇ ਐਮਰਜੈਂਸੀ ਦੇ ਵਿੱਚ ਜਿਹੜਾ ਗਾਂਧੀ ਪਰਿਵਾਰ ਦਾ ਬੰਦਾ ਸਭ ਤੋਂ ਵੱਧ ਤਾਕਤਵਰ ਹੁੰਦਾ ਸੀ ਉਸ ਬੰਦੇ ਦਾ ਹੀ ਯਾਰ ਸੀ ਕਮਲਨਾਥ ਹੈ ਚਲੋ ਬੰਦਾ ਹੈ ਨਹੀਂ ਹੁਣ ਦੁਨੀਆ 'ਚ ਕੋਈ ਗੱਲ ਨਹੀਂ ਹੁਣ ਕਮਲਨਾਥ ਜੀ ਜਾਂਦਾ ਤੇ ਕਮਲਨਾਥ ਨਹੀਂ ਜਾਂਦਾ ਮੱਧ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਦੀ ਚੋਣ ਤਾਂ ਕਾਂਗਰਸ ਪਾਰਟੀ ਪਹਿਲੀ ਹਾਰ ਚੁੱਕੀ ਐ ਸਰਕਾਰ ਉੱਥੇ ਵੀ ਜੀਪੀ ਨੇ ਬਣਾ ਲਈ ਐ ਸੀਟਾਂ ਉੱਥੇ ਸੁਖਨਾ ਲੋਕ ਸਭਾ ਦੀਆਂ ਬਥੇਰੀਆਂ ਐ ਇਸ ਕਰਕੇ ਉਹ ਕੱਲਾ ਇੱਕ ਲੀਡਰ ਨਹੀਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਊਗਾ ਉਹ ਇੱਕ ਸਾਬਕਾ ਮੁੱਖ ਮੰਤਰੀ ਜਾਊਗਾ ਹੁਣ ਕਿੰਨੀ ਜਗ੍ਹਾ ਦੇ ਉੱਤੇ ਖਾਸ ਤੌਰ ਦੇ ਉੱਤੇ ਜਿਹੜੀ ਹਿੰਦੀ 벨ਟ ਐ ਜਿੱਥੋਂ ਭਾਰਤੀ ਜਨਤਾ ਪਾਰਟੀ ਨੂੰ ਸਭ ਤੋਂ ਵੱਧ ਸਮਰਥਨ ਮਿਲਦਾ ਹੁੰਦਾ ਉੱਥੇ ਉਹ ਕਿਸ ਤਰੀਕੇ ਰਗੜ ਰਹੀ ਹੈ ਕਾਂਗਰਸ ਪਾਰਟੀ ਨੂੰ ਬੀਜੇਪੀ ਮੈਨੂੰ ਨਹੀਂ ਪਤਾ ਕਿ ਕਹਾਣੀ ਕੀ ਹੈ ਪਹਿਲਾਂ ਤਾਂ ਇੱਕ ਮੁੱਖ ਮੰਤਰੀ ਨਿਤਿਸ਼ ਕੁਮਾਰ ਉਹਦੇਲੇ ਪਾਸਿਓਂ ਪੱਟ ਕੇ ਬਿਹਾਰ ਦੇ ਵਿੱਚੋਂ ਆਪਣੇ ਵਾਲੇ ਪਾਸੇ ਲਿਆਂਦਾ ਜੇ ਆਪਾਂ ਦੇਖੀਏ ਤਾਂ ਇੱਕ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਵਿੱਚੋਂ ਵੀ ਬੀਜੇਪੀ ਜਗਾਇਨੇ ਕੈਪਟਨ ਅਮਰਿੰਦਰ ਸਿੰਘ ਫਿਰ ਉਹ ਥੱਲੇ ਕਰਨਾਟਕ ਦੇ ਵਿੱਚੋਂ ਜਗਦੀਸ਼ ਸ਼ੈਟਰ ਉਹ ਵੀ ਤਾਂ ਸਾਬਕਾ ਮੁੱਖ ਮੰਤਰੀ ਹੈ ਉਹ ਵੀ ਬੀਜੇਪੀ ਦੇ ਵਿੱਚ ਬੰਦਾ ਲਿਆਂਦਾ ਆ ਮਹਾਰਾਸ਼ਟਰ ਦੇ ਵਿੱਚੋਂ ਆ ਹੁਣੇ ਹੀ ਅਜੇ ਦਿਨ ਤਾਂ ਤਿੰਨ ਵੀ ਨਹੀਂ ਹੋਏ ਉਹ ਵੀ ਸਾਬਕਾ ਮੁੱਖ ਮੰਤਰੀ ਕਾਂਗਰਸ ਦੇ ਵਿੱਚੋਂ ਪੱਟ ਕੇ ਬੀਜੇਪੀ ਦੇ ਵਿੱਚ ਲਿਆਂਦਾ ਤਾਂ ਜੇ ਅਜ ਕਮਲਨਾਥ ਵੀ ਚਲੇ ਗਿਆ ਕਾਂਗਰਸ ਪਾਰਟੀ ਵਾਲਿਆਂ ਨੂੰ ਕਿਤੇ ਕੁਰਸੀਆਂ ਇਕੱਠੀਆਂ ਕਰਕੇ ਨਾ ਰੱਖਣੀਆਂ ਪੈਣੀਆਂ ਕਰਨ ਮੀਟਿੰਗ ਦੇ ਵਿੱਚ ਕਿ ਪਾਈ ਬੰਦੇ ਤਾਂ ਹੁਣ ਥੋੜੇ ਹੀ ਰਹਿ ਗਏ ਆ ਹੁਣ ਤੁਸੀਂ ਦੇਖੋ ਕਿ ਮਧ ਪ੍ਰਦੇਸ਼ ਦੇ ਵਿੱਚ ਕਿੱਡਾ ਵੱਡਾ ਝਟਕਾ ਕਿ 2.5 3 ਸਾਲਾਂ ਦੇ ਵਿੱਚ ਜੋਤਰੇ ਦਿੱਤੀ ਸਿੰਧੀਆਂ ਵੀ ਚਲੇ ਗਿਆ ਜੇ ਕਮਲਨਾਥ ਵੀ ਚਲੇ ਗਿਆ ਤਾਂ ਫਿਰ ਪਾਈ ਪੱਲੇ ਕੀ ਰਹੂਗਾ ਹੋ ਸਕਦਾ ਕਮਲਨਾਥ ਚਾਹੁੰਦਾ ਹੋਵੇ ਕਿ ਯਾਰ ਮੈਨੂੰ ਸੂਬਾ ਪ੍ਰਧਾਨਤਾ ਬਣਾ ਦੇ ਮੈਨੂੰ ਵਿਰੋਧੀ ਧਿਰ ਦਾ ਨੇਤਾ ਤਾਂ ਬਣਾ ਦੇ ਕਿਉਂਕਿ ਨਾ ਤਾਂ ਇਹਨਾਂ ਨੂੰ ਸੂਬਾ ਪ੍ਰਧਾਨ ਬਣਾਇਆ ਨਾ ਕੁਝ ਹੋਰ ਪਰ ਜਿਹੜੀ ਲਗਾਤਾਰ ਦਲ ਬਦਲੀ ਕਾਂਗਰਸ ਤੋਂ ਭਾਰਤੀ ਜਨਤਾ ਪਾਰਟੀ ਵੱਲ ਸੰਧਾਲੀਆ ਸਭ ਹੋ ਰਹੀ ਹੈ ਇਹ ਕਾਂਗਰਸ ਦਾ ਨੁਕਸਾਨ ਕਰੂ ਨਹੀਂ ਕਾਂਗਰਸ ਦਾ ਨੁਕਸਾਨ ਤੇ ਹੋ ਗਿਆ ਬਾਕੀ ਤੁਸੀਂ ਦੇਖੋ ਜੇ ਆਪਾਂ ਮੱਧ ਪ੍ਰਦੇਸ਼ ਦੀ ਇਹ ਸਾਰੀ ਹਲਚਲ ਦੀ ਗੱਲ ਕਰੀਏ ਨਾ ਤੇ ਇਹ ਬਣਦੀ ਵੀ ਸੀ ਕਿਉਂਕਿ ਜੇ ਮੈਂ ਗਲਤ ਨਹੀਂ ਤੇ ਰਾਹੁਲ ਗਾਂਧੀ ਸਾਹਿਬ ਦੀ ਭਾਰਤ ਜੋੜੋ ਨਿਆਂ ਯਾਤਰਾ ਵੀ ਲਗਭਗ ਉਧਰ ਨੂੰ ਪਹੁੰਚਣੀ ਆ ਤੇ ਉਸੇ ਮੱਧ ਪ੍ਰਦੇਸ਼ ਦੇ ਵਿੱਚ ਹੀ ਹੋ ਕੇ ਲੰਘਣੀ ਆ ਕਿਉਂਕਿ ਜਿੱਥੇ ਜਿੱਥੇ ਉਹ ਬੰਦਾ ਜਾਂਦਾ ਤੁਸੀਂ ਨੋਟ ਕਰੋ ਜਿੱਥੇ ਜਿੱਥੇ ਵੀ ਜਾਂਦਾ ਉੱਥੇ ਉੱਥੇ ਕਹਾਣੀ ਪੈਂਦੀ ਹੈ ਤੇ ਐਂਡ ਜਾ ਕੇ ਉਹ ਕਹਿੰਦੇ ਇਹ ਬੰਬੇ ਕਰਨਾ ਮਹਾਰਾਸ਼ਟਰ ਤੁਸੀਂ ਮੈਨਾਂ ਵੀ ਰੱਬ ਸੁੱਖ ਰੱਖੇ ਉੱਥੋਂ ਤੱਕ ਜਾਂਦਾ ਜਾਂਦਾ ਹੈ ਹੋਰ ਕਿਹੜਾ ਕਿਹੜਾ ਕਾਂਗਰਸ ਦੇ ਵਿੱਚੋਂ ਖਿਸਕਦਾ ਪਰ ਇੱਥੇ ਜੇ ਇਹ ਗੱਲ ਹੁੰਦੀ ਆ ਤੇ ਜਿਹੜੀ ਭਾਜਪਾ ਦੇ ਵਿੱਚ ਖਾਸ ਕਰਕੇ ਸਿੱਖ ਲੀਡਰਸ਼ਿਪ ਆ ਤੇ ਜਿਹੜੀ ਉਹ ਸਿੱਖ ਲੀਡਰਸ਼ਿਪ ਇਹ ਕਹਿੰਦੀ ਹੈ ਕਿ ਵੀ ਹਾਂ ਯਾਰ ਇਸ ਤੋਂ ਪਹਿਲਾਂ 84 ਦੇ ਮੁੱਦੇ ਦੇ ਉੱਪਰ ਕਦੀ ਕਿਸੇ ਨੇ ਕੁਝ ਨਹੀਂ ਸੀ ਕੀਤਾ ਤੇ ਭਾਜਪਾ ਦੇ ਵਿੱਚ ਮੋਦੀ ਸਾਹਿਬ ਆਏ ਤੇ ਉਹਨ ਜੇ ਕਮਲਨਾਥ ਹੁਰੀ ਉੱਥੇ ਜਾਂਦੇ ਨੇ ਤੇ ਫਿਰ ਉਹ ਜਿਹੜੀ ਸਿੱਖ ਲੀਡਰਸ਼ਿਪ ਆ ਉਹ ਕੀ ਆਪਣੀ ਵੱਡੀ ਲੀਡਰਸ਼ਿਪ ਨਾਲ ਤੇ ਗੱਲ ਕਰੂਗੀ ਜਾਂ ਫਿਰ ਇਹ ਕੱਲ ਨੂੰ ਦੁਬਾਰਾ ਇਸੇ ਮੁੱਦੇ ਦੇ ਉੱਪਰ ਪੇਟ ਥਾਪੜ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਕਮਲਨਾਥ ਹੁਰਾਂ ਦੀ ਇਸ ਐਂਟਰੀ ਤੋਂ ਬਾਅਦ ਕੀ ਭਾਜਪਾ ਉਸੇ ਟੌਰ ਦੇ ਨਾਲ ਉਸੇ ਜੁਰਕੇ ਦੇ ਨਾਲ ਇਹ ਗੱਲ ਕਹਿ ਸਕੂਗੀ ਵੀ ਅਸੀਂ ਸਿੱਖਾਂ ਨੂੰ ਇਨਸਾਫ ਦਵਾਇਆ ਜੇ ਉਹ ਕਹਾਣੀ ਹੁੰਦੀ ਆ ਤਾਂ ਮੈਂ ਕਹਿ ਰਿਹਾ ਸੰਧਾਲੀਆ ਸਭ ਦੇਖੋ ਗੱਲ ਇਹ ਆ ਕਿ ਪੰਜਾਬ ਦੀਆਂ 13 ਲੋਕ ਸਭਾ ਦੀਆਂ ਸੀਟਾਂ ਨੇ ਮੱਧ ਪ੍ਰਦੇਸ਼ ਦੀਆਂ ਬਹੁਤ ਨੇ ਮੈਂ ਇਹਦੇ ਤੋਂ ਵੱਧ ਕਹਿਣਾ ਨਹੀਂ ਚਾਹੁੰਦਾ ਬਾਕੀ ਕਮਲਾਥ ਹੋਰਾਂ ਦੇ ਵਿੱਚ ਹੁਣ ਕਿੰਨੇ ਕ ਸਿਆਸੀ ਜਾਣ ਰਹੀ ਹੈ ਇਹ ਵੀ ਗੱਲ ਦੇਖਣ ਵਾਲੀ ਹੋਏਗੀ ਕਿਉਂਕਿ ਜੇ ਉਹ ਲੀਡਰ ਬਹੁਤ ਵੱਡਾ ਹੁੰਦਾ ਜੇ ਉਹਦੇ ਪਿੱਛੇ ਮੱਧ ਪ੍ਰਦੇਸ਼ ਦੇ ਲੋਕ ਬਹੁਤ ਜ਼ਿਆਦਾ ਹੁੰਦੇ ਤਾਂ ਕਾਂਗਰਸ ਪਾਰਟੀ ਨੇ ਐਤ ਕੀ ਮੱਧ ਪ੍ਰਦੇਸ਼ ਦੀ ਵਿਧਾਨ ਸਭਾ ਚੋਣ ਨਹੀਂ ਸੀ ਹਾਰਨੀ ਬਹੁਤੇ ਸਰੇ ਵੇਖਣਾਂ ਦੇ ਵਿੱਚ ਸਿਆਸੀ ਪੰਡਤ ਕਹੀ ਜਾਂਦੇ ਸੀ ਕਿ ਭਾਈ ਉੱਥੇ ਕਾਂਗਰਸ ਦੀ ਸਰਕਾਰ ਬਣਨੀ ਹੈ ਪਰ ਇਹਦੇ باوجود ਵੀ ਹਾਰੇ ਚਲੋ ਇੱਕ ਹੋਰ ਦੱਸਦੇ ਹਾਂ ਆ ਤੁਸੀਂ ਗੱਲ ਕੀਤੀ ਨਾ ਰਾਹੁਲ ਗਾਂਧੀ ਦੀ ਯਾਤਰਾ ਦੀ ਹੂੰ ਰਾਹੁਲ ਗਾਂਧੀ ਹੋਰੀ ਹੁਣ ਅੱਗੇ ਵਧਿਆ ਆ ਉੱਤਰ ਪ੍ਰਦੇਸ਼ ਵਾਲੇ ਪਾਸੇ ਦੁਬਾਰਾ ਝਾਰਖੰਡ ਦੇ ਵਿੱਚ ਤਾਂ ਜਾਣੋ ਰਹੇ ਝਾਰਖੰਡ ਉਹੀ ਹੈ ਜਿੱਥੇ ਮੁੱਖ ਮੰਤਰੀ ਕਦੇ ਹਿਮੰਤ ਸਰੇਨ ਹੁੰਦਾ ਸੀ ਕਾਂਗਰਸ ਦੇ ਸਹਿਯੋਗ ਦੇ ਨਾਲ ਤੇ ਉਹਦੇ ਤੋਂ ਬਾਅਦ ਉਹਨੂੰ ਈਡੀ ਵਾਲੇ ਫੜਕੇ ਲਿਆ ਗਿਆ ਤੇ ਚੰਪਈ ਸਰੇਨ ਨੂੰ ਮੁੱਖ ਮੰਤਰੀ ਬਣਾਇਆ ਕਾਂਗਰਸ ਦੇ ਸਹਿਯੋਗ ਦੇ ਨਾਲ ਆ ਜਦੋਂ ਹੁਣ ਚਾਪਾ ਕਈ ਵਾਰੀ ਗੱਲ ਕੀਤੀ ਸੀ ਵੀ ਝਾਰਖੰਡ ਦੇ ਵਿੱਚ ਨਹੀਂ ਪੰਗਾ ਕਦੇ ਪਿਆ ਝਾਰਖੰਡ ਦੇ ਵਿੱਚੋਂ ਬੰਦੇ ਤੋੜਨ ਦੀ ਕੋਸ਼ਿਸ਼ ਤਾਂ ਬਹੁਤ ਵਾਰੀ ਹੋਈ ਪਰ ਉੱਥੇ ਇਹਨਾਂ ਨੇ ਬੰਨ ਕੇ ਰੱਖਿਆ ਬੰਦੇ ਇੱਕ ਵਾਰੀ ਪੱਛਮੀ ਬੰਗਾਲ ਦੇ ਵਿੱਚੋਂ ਕੁਝ ਐਮਐਲਏ ਫੜਲੇ ਸੀ ਲੱਖਾਂ ਰੁਪਇਆ ਕੈਸ਼ ਦੇ ਨਾਲ ਇੱਕ ਵਾਰੀ ਮੱਧ ਇੱਥੇ ਝਾਰਖੰਡ ਦੇ ਵਿੱਚ ਰੌਲਾ ਪੈ ਗਿਆ ਸੀ ਬੰਦੇ ਮਹਾਰਾਸ਼ਟਰ ਤੋਂ ਆਏ ਆ ਜੀ ਬੰਦੇ ਤੋੜਨ ਪਰ ਹੁਣ ਲੱਗਦਾ ਕਿ ਅਗਲਿਆਂ ਨੇ ਖਲਾਰਾ ਪਾ ਲੈਣਾ ਹੁਣ ਜਿੱਦਾਂ ਹੀ ਚੰਪਈ ਸੁਰੇਨੇ ਆਪਣੇ ਮੰਤਰੀ ਮੰਡਲ ਦੇ ਵਿੱਚ ਵਾਅਦਾ ਕੀਤਾ ਕਾਂਗਰਸ ਦੇ 17 ਐਮਐਲਏ ਨੇ ਉੱਥੇ ਉਹਨਾਂ ਦੇ ਵਿੱਚੋਂ 4 ਮੰਤਰੀ ਬਣਾਤੇ ਉਹਨਾਂ ਨੇ ਬਾਕੀ ਰਹਿ ਗਿਆ 13 ਇੱਕ ਪਤਾ ਨਹੀਂ ਕਿਹਦਾ ਮਾਈ ਦਾ ਲਾਲ ਹੈ ਜਿਹੜਾ ਚੁੱਪ ਕਰਕੇ ਬੈਠਾ ਕਿ ਚਲੋ ਕੋਈ ਗੱਲ ਨਹੀਂ ਮੰਤਰੀ ਬਣਾਇਆ ਨਹੀਂ ਬਣਾਇਆ ਆਪਾਂ ਨੂੰ ਕੋਈ ਪ੍ਰਵਾਹ ਨਹੀਂ ਸੰਧਾਲੀਆ ਸਭ ਖਬਰਾਂ ਇਹ ਆ ਕਿ 17 ਦੇ ਵਿੱਚੋਂ 4 ਤਾਂ ਮੰਤਰੀ ਬਣਾਤੇ ਬਾਕੀ ਬਚੇ 13 ਕਾਂਗਰਸੀ ਤੇ 13 ਦੇ ਵਿੱਚੋਂ 12 ਗੁੱਸੇ ਨੇ ਤੇ 12 ਦੇ ਵਿੱਚੋਂ 8 ਬੰਦੇ ਆ ਨਹੀਂ ਤਾਂ ਮੀਟਿੰਗ ਕੀਤੀ 4 ਘੰਟੇ ਲੰਬੀ ਹੇਮੰਤ ਸਰੇਂ ਦਾ ਪ੍ਰਧਾਨ ਮੰਤਰੀ ਹੈ ਇੱਕ ਉਹਨੇ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਤੁਸੀਂ ਇਦਾਂ ਨਾ ਕਰੋ ਆਪਾਂ ਸਰਕਾਰ ਚਲਾਉਣੀ ਆ ਫਿਰ ਔਖਾ ਹੋ ਜੂ ਪਰ ਪਤਾ ਲੱਗਾ ਕਿ ਉਹ 12 ਦੇ 12 ਐਮਐਲਏ 13 ਚੋਂ ਇੱਕ ਹੈਗਾ ਉੱਥੇ ਉਹ ਪਤਾ ਨਹੀਂ ਕਿਦਾਂ ਯਕੀਨ ਤੇ ਭਰੋਸਾ ਕਰਕੇ ਬੈਠਾ ਉਹ 12 ਬੰਦੇ ਕਹਿੰਦੇ ਜੀ ਦਿੱਲੀ ਆ ਗਿਆ ਤੇ ਦਿੱਲੀ ਆ ਕੇ ਉਹਨਾਂ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨਾਲ ਗੱਲ ਕਰਨੀ ਕਿਉਂਕਿ ਗੁੱਸਾ ਤੇ ਹੀ ਹੈ ਨਾ ਕਿ ਸਾਨੂੰ ਮੰਤਰੀ ਬਣਾਓ ਸਾਨੂੰ ਮੰਤਰੀ ਕਿਉਂ ਨਹੀਂ ਬਣਾਇਆ ਅਸੀਂ ਡਿਜ਼ਰਵ ਕਰਦੇ ਹਾਂ ਅਸੀਂ ਤੁਹਾਡੇ ਨਾਲ ਰਹੇ ਹਾਂ ਸਾਨੂੰ ਤਾਂ ਆਫਰਾਂ ਉਹਨਾਂ ਨੇ ਕਹਿਣਾ ਸੀ ਬਹੁਤ ਆਉਂਦੀਆਂ ਜੇ ਤਾਂ ਇੱਥੇ ਗੱਲ ਮੁੱਕ ਗਈ ਠੀਕ ਹੈ ਨਹੀਂ ਤਾਂ ਸੰਧਾ ਵਾਲੀਆ ਸਭ 17 ਦੇ ਵਿੱਚੋਂ 12 ਜਿਹੜੀਆਂ ਨੇ ਨਾ ਉਹ ਬਹੁਤ ਹੁੰਦੀਆਂ ਯਾਨੀ ਕਿ 17 ਦੇ ਵਿੱਚੋਂ 12 ਬੰਦੇ ਵੱਖਰੇ ਹੋ ਜਾਂਦੇ ਉਹ ਤੋਂ ਵੱਖਰੀ ਪਾਰਟੀ ਬਣਾ ਸਕਦੇ ਆ ਉਹਨਾਂ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਨੂੰ ਵੀ ਕੋਈ ਖਤਰਾ ਨਹੀਂ ਤੇ ਜੇ ਪਹਿਲਾਂ ਬਿਹਾਰ ਦੇ ਵਿੱਚੋਂ ਝਟਕਾ ਲੱਗਾ ਹੁਣ ਮੱਧ ਪ੍ਰਦੇਸ਼ ਦੇ ਵਿੱਚੋਂ ਲੱਗ ਮਹਾਰਾਸ਼ਟਰ ਦੇ ਵਿੱਚੋਂ ਝਟਕਾ ਕਰਿਆ ਲਾਤਾ ਕਰਨਾਟਕ ਦੇ ਵਿੱਚੋਂ ਵੀ ਲਾਤਾ ਯੂਪੀ ਦੇ ਵਿੱਚੋਂ ਜਹੰਤ ਚੌਧਰੀ ਨੂੰ ਤੋੜ ਕੇ ਲਾਤਾ ਤੇ ਜੇ ਅਗਲਾ ਝਟਕਾ ਕਿਤੇ ਝਾਰਖੰਡ ਦੇ ਵਿੱਚੋਂ ਲੱਗ ਗਿਆ ਜੇ ਚੰਪਈ ਸੁਰੇਨ ਸਾਹਿਬ ਜਿਹੜੇ ਹੈ ਉਹਨਾਂ ਦੀ ਸਰਕਾਰ ਨੂੰ ਖਤਰਾ ਪੈਦਾ ਹੋ ਜਾਊਗਾ ਜੇ 12 ਮੰਨ ਦੇ ਪਾਸੇ ਹੋ ਗਿਆ ਕਿਉਂਕਿ ਉਹਨਾਂ ਦੇ ਕੋਲ ਸਿਰਫ 8 ਐਮਐਲਏ ਵਾਧੂ ਨੇ ਤੇ ਜੇ 12 ਮੰਨ ਦੇ ਲਾਂਬੇ ਚਲੇ ਗਏ ਤਾਂ ਫਿਰ ਠੀਕ ਹੈ ਹਮੰਤ ਸੁਰੇਨ ਸਾਹਿਬ ਅੰਦਰ ਹੋਣਗੇ ਚੰਪਈ ਸੁਰੇਨ ਸਾਹਿਬ ਬਾਹਰ ਹੋਣਗੇ ਸਰਕਾਰ ਨਹੀਂ ਮੈਨੂੰ ਪਤਾ ਕਿ ਇਹਨਾਂ ਦੀ ਹੋਏਗੀ ਆਹ ਦੇਖੋ ਕੋਲ ਮਲਾ ਕੇ ਹੁਣ ਭਾਰਤ ਜੋੜੋ ਯਾਤਰਾ ਮੇਰਾ ਖਿਆਲ ਥੋੜਾ ਜਿਹਾ ਵਿਰਾਮ ਲਾ ਕੇ ਰਾਹੁਲ ਗਾਂਧੀ ਸਾਹਿਬ ਥੋੜੀ ਜੀ ਕਾਂਗਰਸ ਜੋੜੋ ਯਾਤਰਾ ਕਰ ਲੈਣ ਕਿਉਂਕਿ ਜਿੱਦਾਂ ਦਾ ਕਾਂਗਰਸ ਦਾ ਮੈਨੂੰ ਲੱਗਦਾ ਵੀ ਹੁਣ ਜੜਾਂ ਤੋਂ ਕੰਮ ਹਿੱਲਿਆ ਪਿਆ ਹੁਣ ਪਤਾ ਦੋ ਦਿਨ ਲਈ ਉਹਨਾਂ ਨੇ ਬੰਦ ਕਰਤੀ ਆ ਜੀ ਦੋ ਦਿਨ ਲਈ ਕਰਤੀ ਬੜੋ ਦੋ ਦਿਨਾਂ ਨਾਲ ਫਰਕ ਨਹੀਂ ਪੈਣਾ ਨਾ ਇਹਦਾ ਪੱਕਾ ਹੱਲ ਕਰਨਾ ਪੈਣਾ ਵੀ 2024 ਦੇ ਵਿੱਚ ਜਿਹੜੀ ਚੀਜ਼ ਉਹ ਸੋਚਦੇ ਆ ਵੀ ਆਪਾਂ ਹੁਣ ਇੱਥੇ ਟੱਕਰ ਦੇਣੀ ਆ ਜਾਂ ਕਿਤੇ ਉਹ ਟੱਕਰ ਦੇਣੀ ਆ ਜਾਂ ਨਹੀਂ ਦੇਣੀ ਜਾਂ ਉਹ ਗੱਲ ਬਣੂਗੀ ਕਿ ਨਹੀਂ ਬਣੂਗੀ ਬਣੂਗੀ ਤੇ ਤਾਂ ਜੇ ਕੋਲ ਬੰਦੇ ਹੋਣਗੇ ਚਲੋ ਇਹ ਤਾਂ ਹੁਣ ਉਧਰ ਦਾ ਕੰਮ ਰਹਿ ਗਿਆ ਬਾਕੀ ਜਾਂਦੇ ਜਾਂਦੇ ਇੱਕ ਲੈਂਡ ਚੀ ਵੀ ਦੱਸਦੀ ਵੀ ਮੇਰਾ ਖਿਆਲ ਕੀਰੀਵਾਲ ਸਾਹਿਬ ਨੂੰ ਵੀ ਉਹ ਈਡੀ ਦੇ ਸੰਮਣਾਂ ਦਾ ਕਰਕੇ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਕਿਹਾ ਸੀ ਸ਼ਾਇਦ ਉਹ ਵੀ ਨਹੀਂ ਗਏ ਬਸ ਵੀਡੀਓ ਕਾਨਫਰencing ਦੇ ਜ਼ਰੀਏ ਹਾਜ਼ਰੀ ਲਈ ਲਈ ਹੈ ਮਾੜੀ ਜੀ ਕਿ ਵੀ ਮੈਂ ਜੇ ਥੋੜਾ ਬਜਟ ਇੱਥੇ ਚੱਲਦਾ ਪਿਆ ਵਿਧਾਨ ਸਭਾ ਦੇ ਵਿੱਚ ਇੱਥੇ ਰੁੱਝਾਂ ਤੇ ਸ਼ਾਇਦ ਹੁਣ ਦੁਬਾਰਾ ਹਾਜ਼ਰ ਹੋਣਗੇ ਇਹਦਾ ਮਤਲਬ ਹੈ ਜੇ ਈਡੀ ਦੀ ਜਿਹੜੀ ਉਧਰ ਵਾਲੀ ਚਿੱਠੀ ਸੀਗੀ ਥਰੂ ਅਦਾਲਤ ਉਦੋਂ ਕੋਈ ਖਾਸ ਫਰਕ ਪਿਆ ਨਹੀਂ ਹੈ ਸੰਧਾਲੀਆ ਸਾਹਿਬ 16 ਮਾਰਚ ਨੂੰ ਅਦਾਲਤ ਨੇ ਤਰੀਕ ਪਾਤੀ ਆ ਤੇ ਬਾਕੀ ਘਰੌਣ ਨਾ ਇੱਕ ਸਮਨ ਆਲਰੇਡੀ ਆਇਆ ਹੋਇਆ ਆਈਡੀ ਵਾਲੇ ਨੇ ਕਿਹਾ ਕਿ ਤੁਸੀਂ ਆਓ ਤੇ ਉਹਦੇ ਲਈ ਕੱਲ ਨੂੰ ਜਾਣਾ ਆਉਣ ਵਾਲੇ ਕੱਲ ਨੂੰ ਯਾਨੀ ਕਿ ਸੋਮਵਾਰ ਨੂੰ ਹੁਣ ਉਹਦੀ ਕੇਰੀਵਾਲ ਸਾਹਿਬ ਕਿੰਨੀ ਕੁ ਤਿਆਰੀ ਰੱਖਦੇ ਆ ਇਹ ਤਾਂ ਗੱਲ ਸੰਧਾਲੀਆ ਸਾਹਿਬ ਦੇਖਣੀ ਪਊਗੀ ਬਾਕੀ ਕਿਸਾਨ ਜਥੇਬੰਦੀਆਂ ਦੀ ਅੱਜ ਮੰਤਰੀਆਂ ਦੇ ਨਾਲ ਮੀਟਿੰਗ ਹੈ ਸ਼ਾਮ 6 ਵਜੇ ਸੋ ਸੋਸ਼ਲ ਮੀਡੀਆ ਦੇ ਵਿੱਚ ਗਲਤ ਜਾਣਕਾਰੀ ਤੋਂ ਥੋੜਾ ਜਿਹਾ ਬਚ ਕੇ ਨਫ਼ਰਤ ਭਰਪੂਰ ਬੋਲਾਂ ਤੋਂ ਬਚ ਕੇ ਤੇ ਇਸ ਆਸ ਉਮੀਦ ਦੇ ਨਾਲ ਕਿ ਪਈ ਅੱਜ ਮਸਲਾ ਹੱਲ ਹੋ ਜਵੇ ਸਾਰੇ ਆਪੋਕਰ ਆਪੋ ਆਪਣੇ ਘਰੋਂ ਘਰੀ ਜਾਣ ਤੇ ਸਿਆਸੀ ਪਾਰਟੀਆਂ ਤੁਸੀਂ ਥੋੜੀ ਜਿਆ ਤੋਲ ਕੇ ਜੋ ਪ੍ਰੈਕਟੀਕਲੀ ਹੋ ਸਕਦਾ ਉਦਾਂ ਦੀਆਂ ਗੱਲਾਂ ਕਰਿਆ ਕਰੋ ਤਾਂ ਚੰਗਾ। ਔਰ ਸਭ ਤੁਸੀਂ ਵਕਤ ਕੱਢਿਆ ਮਹਾਰਾਜ ਤੁਹਾਡਾ ਬਹੁਤ ਧੰਵਾਦ ਜੀ। ਸ਼ੁਕਰੀਆ ਜੀ ਬਹੁਤ ਮਿਹਰਬਾਨੀ ਸੰਧਾਲੀਆ ਸਾਹਿਬ। ਇਕੋ ਜੀ ਇਸ ਪ੍ਰੋਗਰਾਮ ਨੂੰ ਆਪਾਂ ਹੁਣ ਇੱਥੇ ਸਮਾਪਤ ਕਰਦਣ ਲੱਗੇ ਆਂ ਪਰ ਇਹ ਜਿਹੜੀ ਡਿਬੇਟ ਚਰਚਾ ਹੈ ਇਹ ਜ਼ਰੂਰ ਸਮਾਪਤ ਨਾ ਹੋਵੇ ਕਿਉਂਕਿ ਜਿੰਨੀਆਂ ਕਿ ਗੱਲਾਂ ਅਸੀਂ ਕਰਦੇ ਹੁੰਨੇ ਆ ਕਿ ਵੀ ਆਪਾਂ ਨੂੰ ਸਮਾਜ ਦੇ ਵਿੱਚ ਭਾਈਚਾਰੇ ਦੇ ਵਿੱਚ ਵੀ ਕਰਨੀਆਂ ਪੈਣਗੀਆਂ ਕਿਉਂਕਿ ਸਾਰਾ ਕੁਝ ਥਰੂ ਸਰਕਾਰ ਹੋ ਕੇ ਨਹੀਂ ਆਉਂਦਾ ਕੁਝ ਇੱਕ ਐਸੇ ਵੀ ਡੱਕੇ ਨੇ ਜਿਹੜੇ ਕਿ ਆਪਾਂ ਆਪ ਹੀ ਲਾ ਸਕਦੇ ਆਂ ਕੁਝ ਰੋਕਾਂ ਐਸੀਆਂ ਜਿਹੜੀਆਂ ਲਾ ਸਕਦੇ ਆਂ ਕੁਝ ਅਨੁਸ਼ਾਸਨ ਜਾਂ ਕੁਝ ਐਸੀ ਡਿਸਪਲਿਨ ਖੁਦ ਵੀ ਬਣਾ ਸਕਦੇ ਆ ਜਿਹਦੇ ਨਾਲ ਆਪਣੀ ਜਾਨ ਸੌਖੀ ਹੋ ਜੇ ਉਹਦੇ ਤੇ ਵੀ ਚਰਚਾਵਾਂ ਜਿਹੜੀਆਂ ਨੇ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਬਾਕੀ ਇਸ ਪ੍ਰੋਗਰਾਮ ਨੂੰ ਆਪਾਂ ਹੁਣ ਇੱਥੇ ਸਮਾਪਤ ਕਰਦੇ ਆ ਤੁਸੀਂ ਅਗੇ ਸ਼ੇਅਰ ਵੀ ਕਰ ਸਕਦੇ ਹੋ ਇੱਕ ਉਹ ਲਾਈਕ ਵਾਲਾ ਬਟਨ ਹੈ ਜੀ ਉਹ ਜ਼ਰੂਰ ਦਬਦਿਆ ਕਰੋ ਹੁਣ ਦੀ اجازت ਦੇਖਦੇ ਰਹਿਣਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ